ਆਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਪਾਤਸ਼ਾਹਾਂ ਦੇ ਪਾਤਸ਼ਾਹ ਸ਼ਬਦ ਸਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਗੋਦ ਵਿੱਚ ਸੁਭਾਗੜੇ ਸਮੇਂ ਦਾ ਆਨੰਦ ਮਾਣ ਰਹੀ ਗੁਰਸੰਗਤ ਜੀਓ ਜਿੰਨਾ ਵੀ ਵਕਤ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਸਤਿਗੁਰਾਂ ਦੀ ਮਹਿਮਾ ਦੇ ਵਿੱਚ ਸਫਲਾ ਬਣਾਈਏ। ਗੁਰ ਇਤਿਹਾਸ ਦੇ ਪ੍ਰਸੰਗਾਂ ਦੇ ਵਿੱਚੋਂ ਆਪ ਜੀ ਨੇ ਸਰਪਣ ਕੀਤਾ ਜਦੋਂ ਕਈ ਸਾਲਾਂ ਤੋਂ ਲਗਾਤਾਰ ਘਮਸਾਣ ਦਾ ਯੁੱਧ ਮੁਗਲਾਂ ਦੀ ਫੌਜ ਅਤੇ ਰਾਜਪੂਤ ਰਾਜਿਆਂ ਦੇ ਵਿੱਚ ਹੋ ਰਿਹਾ ਹੈ। ਵੱਡੇ ਪੱਧਰ ਤੇ ਅਕਬਰ ਦੀਆਂ ਫੌਜਾਂ ਦਾ ਨੁਕਸਾਨ ਹੋਇਆ। ਬੜੀ ਵਾਰ ਕਿਲੇ ਦੇ ਅੰਦਰ ਪ੍ਰਵੇਸ਼ ਕਰਨ ਵਾਸਤੇ ਸੁਰਗਾਂ ਤੋੜੀਆਂ ਗਈਆਂ। ਹਰ ਵਾਰ ਮੁਗਲਾਂ ਦੀ ਫੌਜ ਹਾਰਦੀ ਰਹੀ। ਹੁਣ ਅਕਬਰ ਬਾਦਸ਼ਾਹ ਨੂੰ ਬੜਾ ਪਛਤਾਵਾ ਹੋਇਆ। ਫੌਜਾਂ ਵੀ ਮਰਵਾਈਆਂ। ਦੇਸ਼ ਜ਼ਮਾਨੇ ਵਿੱਚ ਰੌਲਾ ਵੀ ਜੰਗ ਯੁੱਧ ਦਾ ਪੈ ਗਿਆ। ਸ਼ਾਹੀ ਖਜ਼ਾਨੇ ਵੀ ਖਤਮ ਹੋਣ ਦੀ ਕਗਾਰ ਤੇ ਆ ਗਏ। ਇਹ ਸਭ ਸੋਚ ਕੇ ਜਨਤਾ ਦੇ ਵਿੱਚ ਆਪਣੀ ਸਭਾ ਸੱਦੀ, ਜਿਸ ਸਭਾ ਦੇ ਵਿੱਚ ਅੱਜ ਹਿੰਦੁਸਤਾਨ ਦੇ ਸਾਰੇ ਸੂਬੇ ਅਹਿਲਕਾਰ ਵਜ਼ੀਰ ਸਭ ਬੈਠੇ, ਪਰ ਇਹ ਜਿੰਨਾ ਵੀ ਦਰਬਾਰ ਸਜਿਆ ਇਹਦੇ ਵਿੱਚ ਕੋਈ ਰਾਜਪੂਤ ਰਾਜਾ ਨਹੀਂ। ਇਹ ਸੀਕ੍ਰੇਟ ਪਲੈਨ ਹੈ, ਇਹ ਖੁਫੀਆ ਗੱਲਾਂ ਨੇ, ਇੱਕ ਤੰਤਰ ਨਹੀਂ। ਆਪਾਂ ਤੇ ਕੇਵਲ ਇਤਿਹਾਸ ਦੇ ਰੂਪ ਵਿੱਚ ਦੋਨੇ ਪੱਖ ਸੁਣਦੇ ਹਾਂ, ਪਰ ਚਿਤੌੜਗੜ੍ਹ ਵਿੱਚ ਬੈਠਣ ਵਾਲੇ ਨਹੀਂ ਜਾਣਦੇ ਅਕਬਰ ਬਾਦਸ਼ਾਹ ਕੀ ਖੇਡਾਂ ਖੇਡਦਾ ਹੈ। ਪਰ ਬਾਦਸ਼ਾਹ ਆਖਣ ਲੱਗਿਆ, ਮੈਨੂੰ ਨਹੀਂ ਸੀ ਪਤਾ ਵੀ ਯੁੱਧ ਦੇ ਹਾਲਾਤ ਸੋਚੇ ਕੀ ਸੀ ਤੇ ਹੋਣਗੇ ਕੀ। ਜੇ ਅੱਜ ਮੈਂ ਇੱਥੇ ਹਾਰ ਗਿਆ,
ਜਿੰਨੇ ਰਾਜੇ ਮਹਾਰਾਜੇ ਨੇ ਛੋਟੇ ਵੱਡੇ ਬਗਾਵਤ ਕਰਨਗੇ, ਮੇਰੇ ਵਿਰੁੱਧ ਜੰਗ ਛੇੜਨਗੇ, ਜਿੱਤਣਾ ਮੇਰੇ ਲਈ ਔਖਾ ਹੋ ਗਿਆ, ਮੈਦਾਨ ਛੱਡ ਕੇ ਭੱਜਣਾ ਬੇਇੱਜ਼ਤੀ ਦਾ ਕੰਮ ਹੈ, ਰੋਸਾ ਦਰਦ ਹੈ। ਅਜਮੇਰ ਸ਼ਰੀਫ ਦੀ ਧਰਤੀ ਤੇ ਮੈਂ ਕਮਾਨ ਚੜਾਈ, ਦੁਨੀਆਂ ਦੇ ਸਭੇ ਪੀਰ ਬਣਾਏ, ਕਿੱਥੇ ਕਮੀ ਰਹਿ ਗਈ? ਇੰਨਾ ਕੁਝ ਕਰਨ ਦੇ ਬਾਵਜੂਦ ਵੀ ਸਾਨੂੰ ਮੂੰਹ ਦੀ ਖਾਣੀ ਪੈ ਰਹੀ ਹੈ। ਉਹ ਆਪਣੇ ਮਿੱਤਰਾਂ ਨੂੰ, ਸੱਜਣਾਂ ਨੂੰ ਆਖਦਾ ਹੈ, ਧੰਨਵਾਦ ਤੁਹਾਡਾ ਮੇਰੇ ਨਾਲ ਖੜੇ ਹੋ, ਪਰ ਮੈਨੂੰ ਕੁਝ ਜ਼ਿਆਦਾ ਤੇ ਦੱਸੋ, ਮੈਂ ਜਿੱਤਾਂਗੇ ਨਹੀਂ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਬੜੇ ਵਿਸਥਾਰ ਸਹਿਤ ਸਰਵਣ ਕੀਤਾ। ਆਓ ਮਨ ਵਿਅਕਤੀਆਂ ਨੂੰ ਏਕਾਗਰ ਚਿਤ ਕਰੀਏ, ਪ੍ਰੇਮ ਦੀ ਪਾਓ ਸਾਂਝ, ਬਖਸ਼ੋ ਆਸੀਸ, ਗੱਜ ਕੇ ਆਖੋ ਜੀ ਸਤਨਾਮ ਸ੍ਰੀ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਗੜ ਨਹਿ ਟੁੱਟੈ ਹਟ ਜਾਣੀ, ਅਨਕ ਥਾਨ ਤਵ ਜੰਗ ਮਚਾਹੀ। ਸਮੇਂ ਦਾ ਬਾਦਸ਼ਾਹ ਅਕਬਰ ਇਸ ਗੱਲ ਦੀ ਚਿੰਤਾ ਕਰਦਾ ਹੈ ਤੇ ਹੁਣ ਸਾਡੇ ਲਈ ਇਹ ਕਿਲ੍ਹਾ ਟੁੱਟਣਾ, ਇਹਨੂੰ ਜਿੱਤਣਾ ਨਾਮ ਨੂੰ ਗਿਰਜਿਆ ਲੱਗਦਾ। ਦੋ ਵਾਰ ਸੁਰਗਾਂ ਪੱਟ ਕੇ ਕਿਲ੍ਹੇ ਦੇ ਨੇੜੇ ਜਾ ਕੇ ਬਲਾਸਟ ਕੀਤੇ ਗਏ, ਕਿਲ੍ਹੇ ਦੀਆਂ ਕੰਧਾਂ ਟੱਠੀਆਂ ਨੇ, ਆਪਣੀਆਂ ਫੌਜਾਂ ਵੀ ਮਰੀਆਂ ਨੇ, ਪਰ ਰਾਤੋ ਰਾਤ ਰਾਜਪੂਤ ਰਾਜਿਆਂ ਨੇ ਆਪਣੀਆਂ ਫੌਜਾਂ ਲਾ ਕੇ, ਮਜ਼ਦੂਰ ਲਾ ਕੇ ਕਿਲ੍ਹੇ ਦੀਆਂ ਉਸਾਰੀਆਂ ਕੱਢੀਆਂ। ਫਿਰ ਇਸ ਕਿਲ੍ਹੇ ਦੀ ਚੜ੍ਹਾਈ ਏਡੀ ਵੱਡੀ ਹੈ, ਮੈਂ ਕੱਲ੍ਹ ਵੀ ਬੇਨਤੀ ਕੀਤੀ ਵੀ ਵਰਲਡ ਦਾ ਸਾਰਿਆਂ ਤੋਂ ਹਾਈਐਸਟ ਕਿਲ੍ਹਾ ਹੈ ਤੇ ਬਿਗੈਸਟ ਅੱਜ ਯੂਨੈਸਕੋ ਹੈਰੀਟੇਜ ਦੇ ਅੰਦਰ ਹੈ। ਤਿੰਨ ਵਾਰ ਮੁਗਲਾਂ ਨੇ ਇਹਦੇ ਤੇ ਹਮਲਾ ਕੀਤਾ, ਮਹਿਮੂਦ ਗਜ਼ਲ ਵੀ ਵਰਗੇ ਆ ਗਏ, ਇਹ ਤੇ ਅਕਬਰ ਬਾਦਸ਼ਾਹ ਵਰਗਿਆਂ ਨੇ ਹਮਲਾ ਕੀਤਾ। ਅਲਾਉਦੀਨ ਖਿਲਜੀ, ਰਾਣੀ ਪਦਮਾਵਤੀ ਇਸੇ ਕਿਲ੍ਹੇ ਦੀ ਸੀ। 9 ਕਿਲੋਮੀਟਰ ਇਸ ਕਿਲ੍ਹੇ ਦਾ ਵਿਸਥਾਰ ਗੁਲਾਈ ਚ ਹੈ, ਸੈਂਕੜੇ ਮੀਟਰ ਉਚਾਈ ਹੈ ਤੇ ਕਪੈਸਿਟੀ ਇਸ ਕਿਲ੍ਹੇ ਦੀ 1 ਲੱਖ ਸੈਨਿਕ ਆਪਣੇ ਪਰਿਵਾਰ ਸਮੇਤ ਅੰਦਰ ਰਹਿ ਸਕਦਾ ਹੈ। ਤੇ ਅਕਬਰ ਬਾਦਸ਼ਾਹ ਨੇ ਕੀ ਕਰਨਾ ਸੀ? ਪਹੁੰਚੀ ਸਕਦੇ ਪੱਥਰ ਦੀਆਂ ਚਟਾਨਾਂ, ਆਖਣ ਲੱਗਿਆ ਇੰਨਾ ਕੁਝ ਕਰਨ ਦੇ ਬਾਵਜੂਦ ਮੇਰਾ ਇੱਥੇ ਵਸ ਨਹੀਂ ਚੱਲਿਆ, ਤਹੀਆ ਨਹੀਂ ਹੋਇਆ, ਮੈਂ ਇਸ ਕਿਲ੍ਹੇ ਨੂੰ ਜਿੱਤ ਸਕਾਂ? ਤੁਸੀਂ ਦੱਸੋ, ਜੇ ਮੈਂ ਇੱਥੋਂ ਮੁੜ ਕੇ ਜਾਣਾ ਨਮੋਸ਼ੀ ਦਾ ਸਾਹਮਣੇ, ਕਿਉਂਕਿ ਬੰਦਾ ਜਿੰਨਾ ਵੱਡਾ ਹੋ ਜਾਂਦਾ ਹੈ ਉਹਦੀ ਇੱਜ਼ਤ ਅਤੇ ਬੇਇੱਜ਼ਤੀ ਦਾ ਸਵਾਲ ਵੀ ਉਨਾ ਵੱਡਾ ਹੋ ਜਾਂਦਾ। ਜਿੰਨਾ ਇਨਸਾਨ ਛੋਟਾ ਹੋਏਗਾ, ਕੰਮਾਂ ਕਾਰਾਂ ਕਰਕੇ, ਸਮਾਜਿਕ ਵਿਰਤੀ ਕਰਕੇ, ਧਾਰਮਿਕ ਵਿਰਤੀ ਕਰਕੇ, ਉਹਨੂੰ ਕੋਈ 2-4 ਬੰਦੇ ਵੱਧ ਘੱਟ ਕਹਿ ਲੈਣ ਫਰਕ ਨਹੀਂ ਪੈਂਦਾ, ਪਰ ਉਹ ਗੱਲ ਜੋ ਤੁਹਾਨੂੰ ਤੇ ਮੈਨੂੰ ਆਖੀ ਗਈ ਕਿਸੇ ਸਮਾਜਿਕ ਬੰਦੇ ਨੂੰ, ਉਹ ਗੱਲ ਕਹਿ ਕੇ ਵੇਖੋ ਉਹਦੇ ਲਈ ਮਰਨ ਹੋ ਜਾਏਗਾ, ਕਿਉਂਕਿ ਉਹਦਾ ਹੀ ਦਾਇਰਾ ਵੱਡਾ ਹੈ।
ਅਕਬਰ ਕਹਿੰਦਾ ਜੇ ਮੈਂ ਆਪਣੀ ਫੌਜ ਵਾਪਸ ਲੈ ਕੇ ਜਾਣਾ ਤੇ ਰਾਜਪੂਤ ਰਾਜੇ ਮੇਰੇ ਤੇ ਭਾਰੂ ਹੋ ਜਾਣਗੇ ਤੇ ਅਸੀਂ ਤੇ ਅਕਬਰ ਨੂੰ ਹਰਾਵਾਂ, ਤੂੰ ਜੀਤ ਕੀ ਹੈ? ਤੇ ਜਦ ਮੈਂ ਇੱਥੋਂ ਵਾਪਸ ਜਾਵਾਂਗਾ ਇਹਦਾ ਨੈਗੇਟਿਵ ਮੈਸੇਜ ਆਏਗਾ ਲੋਕਾਂ ਦੇ ਵਿੱਚ, ਵੱਡੇ ਵੱਡੇ ਬਾਦਸ਼ਾਹ ਨਹੀਂ ਕਿਲੇ ਨਹੀਂ ਮਿਲ ਸਕਦੇ, ਕੀ ਕਰਨਾ? ਕੋਈ ਐਸਾ ਤਰੀਕਾ ਦੱਸੋ, ਮੈਂ ਪਿੱਛੇ ਹਟਣਾ ਨਹੀਂ, ਨੁਕਸਾਨ ਭਾਵੇਂ ਲੱਖਾਂ ਦਾ ਹੋ ਗਿਆ ਤੇ ਹੋਏਗਾ, ਕਿਲਾ ਤੋੜਨਾ ਏ ਸਾਰੀਆਂ ਗੱਲਾਂ ਕਰਦਾ ਕਰਦਾ ਅਕਬਰ ਬਾਦਸ਼ਾਹ ਇੰਨੀ ਕਨਮੋਸ਼ੀ ਚ ਚਲੇ ਗਿਆ, ਨੈਗੇਟਿਵ ਹੋ ਗਿਆ। ਵੇਖੋ ਬੰਦੇ ਦਾ ਮਨ ਹੀ ਸਕਾਰਾਤਮਕ ਤੇ ਨਕਾਰਾਤਮਕ ਜਿਹੜੀ ਊਰਜਾ ਨੂੰ ਗ੍ਰਹਿਣ ਕਰਦਾ, ਨੈਗੇਟਿਵ ਤੇ ਪੋਜ਼ਿਟਿਵ ਹੁੰਦਾ। ਜੇ ਮਨ ਪੋਜ਼ਿਟਿਵ ਆ ਤੇ ਦੁਨੀਆਂ ਦੀ ਕੋਈ ਵੀ ਚਟਾਨ ਤੁਹਾਡੇ ਸਾਹਮਣੇ ਵੱਡੀ ਨਹੀਂ। ਜੇ ਮਨ ਹਾਰ ਗਿਆ ਤੇ ਛੋਟੀਆਂ ਛੋਟੀਆਂ ਚੀਜ਼ਾਂ ਤੇ ਵੀ ਕਦੇ ਬੰਦੇ ਨੂੰ ਉੱਠਣਾ ਨਹੀਂ ਪੈਂਦਾ। ਮੱਥੇ ਹੱਥ ਮਾਰ ਬਾਦਸ਼ਾਹ ਆਪਣੇ ਮੱਥੇ ਤੇ ਹੱਥ ਰੱਖ ਕੇ ਆਖਣ ਲੱਗਿਆ, ਕਹਿੰਦਾ ਇਹਨਾਂ ਦਿਨਾਂ ਨਾਲੋਂ ਜੇ ਨਾ ਆਉਂਦਾ ਪਹਿਲਾਂ ਬੜਾ ਚੰਗਾ ਸੀ, ਮੈਂ ਆਖੋ ਸਕਦਾ ਕੀ ਕਰ ਲਿਆ ਮੈਂ, ਚਿੰਤਾ ਇਸ ਗੱਲ ਦੀ ਹੋਈ। ਇੱਕ ਮਾਇਆ ਦਾ ਰੂਪ ਬਣ ਕੇ ਆਈ ਪਦਮ ਦੀ ਲੜਕੀ, ਜਿਹਦੇ ਰੂਪ ਨੇ ਮੈਨੂੰ ਇੰਨਾ ਬਦਲਾ ਦਿੱਤਾ, ਅੱਜ ਮੈਂ ਇਸ ਕਿਲੇ ਨੂੰ ਢਾਉਣਾ ਚਾਹੁੰਦਾ, ਰਾਜਾ ਉਦੈ ਸਿੰਘ ਨੂੰ ਜਿਉਂਦਾ ਫੜਨਾ ਚਾਹੁੰਦਾ। ਹੋ ਗਈ ਗਿਆ, ਕਿੰਨੇ ਸਾਲ ਹੋ ਗਏ ਲੜਦਿਆਂ ਨੂੰ, ਇਹ ਤੇ ਜੰਗ ਲੰਬਾ ਪੈ ਗਿਆ, ਲੰਬੀਆਂ ਜੰਗਾਂ ਲੰਬੀਆਂ ਵਾਰਾਂ ਦੇਸ਼ਾਂ ਦੇ ਦੇਸ਼ ਬਰਬਾਦ ਕਰ ਦਿੰਦੀਆਂ, ਇਕੋਨਮੀ ਖਤਮ ਹੋ ਜਾਂਦੀ। ਹੁਣ ਅਕਬਰ ਬਾਦਸ਼ਾਹ ਦੀ ਚਿੰਤਾ ਸੀ, ਕਹਿੰਦੇ ਸਾਰੀ ਸਭਾ ਸਰਨੀਮਾ ਕਰਕੇ ਬਲਕੀ ਹੈ। ਅਕਬਰ ਕਹਿੰਦਾ ਆਪਾਂ ਪਹਿਲਾਂ ਚੰਗੇ ਨਹੀਂ ਸੀਗੇ, ਨਾ ਇੱਥੇ ਆਉਂਦੇ। ਵੇਖੋ ਇਹ ਤੇ ਸੋਚ ਹੈ ਅਕਬਰ ਦਾ, ਕੀ ਵਸ ਚੱਲਦਾ ਹੈ, ਉਹ ਜੁਰਤ ਕਰਕੇ ਇੱਥੇ ਆ ਜਾਂਦਾ। ਇਹਨੂੰ ਗੁਰਬਾਣੀ ਆਖ ਦੀ ਜਹਾਂ ਦਾਣੀ ਮਾਨਤਾ ਸਾਜੀ, ਸਾਡਾ ਵਸ ਚੱਲੇ ਅਸੀਂ ਤੇ ਕਿਤੇ ਜਾਈਏ ਨਾ। ਇਹ ਜਿੱਥੇ ਦਾਣਾ ਪਾਣੀ ਵਾਹਿਗੁਰੂ ਨੇ ਖਿਲਾਰਿਆ ਹੋਇਆ, ਨਾ ਚਾਹੁੰਦਿਆਂ ਵੀ ਬੰਦੇ ਜੋ ਉੱਥੇ ਚੁਗ ਕੇ ਆਉਣਾ, ਉਹ ਭਾਵੇਂ ਲੜਾਈ ਦੇ ਰੂਪ ਹੋਵੇ, ਖੁਸ਼ੀਆਂ ਦੇ ਰੂਪ ਚ ਹੋਵੇ। ਹੁਣ ਅਕਬਰ ਬਾਦਸ਼ਾਹ ਨੇ ਇਸ ਫਿਜ਼ਾ ਚ ਸਾਹ ਲੈਣੇ ਸੀ, ਇੰਨੇ ਫੌਜੀ ਮਰਗਾਉਣੇ ਸੀ, ਏਡਾ ਵੱਡਾ ਧੱਬਾ ਲਗਾਉਣਾ ਸੀ, ਇਸ ਕਰਕੇ ਅੱਜ ਚਿੰਤਤ ਹੋ ਕੇ ਆਖਦਾ, ਕਹਿੰਦਾ ਕਰਾਂ ਤੇ ਮੈਂ ਕੀ ਕਰਾਂ, ਮੇਰੀ ਮੱਤ ਕੰਮ ਨਹੀਂ ਕਰਦੀ, ਤੁਸੀਂ ਬੁੱਧੀਵਾਨ ਲੋਕ ਹੋ, ਸਿਆਣੇ ਹੋ, ਕੋਈ ਹੱਲ ਕੱਢੋ। ਇੱਕ ਬੰਦਾ ਤੇ ਮੈਨੂੰ ਉਪਚਾਰ ਦੱਸੋ, ਵੇਖੋ ਜਦੋਂ ਤੱਕ ਅਸੀਂ ਆਪਣੇ ਅਕਲ ਦੇ ਘੋੜੇ ਦੜਾਉਂਦੇ ਹਾਂ, ਕੌੜਾ ਸੱਚ ਅਸੀਂ ਦੁਖੀ ਬਹੁਤ ਹੋ ਗਏ ਵੀ ਯਾਰ ਮੈਂ ਇੱਦਾਂ ਕਰਨਾ ਚਾਹੁੰਦਾ, ਹੋ ਕਿਉਂ ਨਹੀਂ ਗਿਆ। ਤੇ ਸੱਚੀ ਗੱਲ ਇਹ ਹੈ, ਵੱਡੀ ਗੱਲ ਇਹ ਹੈ ਵੀ ਆਪਣੀ ਮੱਤ ਨੂੰ ਵਿਰਾਮ ਦੇ ਦਿਓ, ਸਟੋਪ ਕਰ ਦਿਓ, ਤੇ ਬੰਦਾ ਫਿਰ ਦੂਜੇ ਨੂੰ ਜਾ ਕੇ ਕਹਿੰਦਾ ਵੀ ਯਾਰ ਮੈਨੂੰ ਕਿਸੇ ਤਰੀਕੇ ਨਾਲ ਇਸ ਦੁਬਦਾਂ ਚੋਂ ਕੱਢ, ਮੈਂ ਇਸ ਪ੍ਰੋਬਲਮ ਨੂੰ ਫੇਸ ਕਰਦਾ, ਮੈਨੂੰ ਹੈਂਡਲ ਕਰ। ਉਦੋਂ ਕਿਉਂ ਲੱਗਦਾ ਦੂਜਾ ਬੰਦਾ ਅਕਲਮੰਦ, ਦੂਜਾ ਬੰਦਾ ਸਿਆਣਾ? ਕਿਉਂਕਿ ਬੰਦਾ ਆਪਣੀ ਅਕਲ ਆਪਣੇ ਗਿਆਨ ਨੂੰ ਹੈਂ ਕਰ ਚੁੱਕਾ ਹੁੰਦਾ, ਉਹ ਆਸ ਤੇ ਉਮੀਦ ਦੂਜੇ ਤੇ ਲਾ ਕੇ ਰੱਖਦਾ ਵੀ ਮੈਨੂੰ ਕੱਢ ਸਕਦਾ, ਤੇ ਕੱਢਦਾ ਵੀ ਨਹੀਂ। ਜਦ ਤੱਕ ਅਕਬਰ ਬਾਦਸ਼ਾਹ ਹੁਕਮ ਤੇ ਹੁਕਮ ਦਿੰਦਾ ਰਿਹਾ, ਕੁਛ ਵੀ ਨਾ ਹੋਇਆ। ਹੁਣ ਆਪਣੇ ਸਾਰੇ ਅਹਿਲਕਾਰਾਂ ਨੂੰ, ਵਜ਼ੀਰਾਂ ਨੂੰ ਹੱਥ ਜੋੜ ਕੇ ਆਖਣ ਲੱਗਿਆ, ਇੱਕ ਬਾਦਸ਼ਾਹ ਦੀ ਹਾਲਤ ਇਹ ਹੋ ਗਈ
ਕਹਿੰਦਾ ਮੈਨੂੰ ਇਹ ਧਰਮ ਸੰਕਟ ਚੋਂ ਕੱਢੋ, ਮੇਰੇ ਨਾਲ ਤੁਹਾਡੀ ਬਦਨਾਮੀ ਹੈ, ਮੁੜ ਕੇ ਆਪਾਂ ਪਿੱਛੇ ਜਾਣਾ ਨਹੀਂ, ਇਹ ਸਾਰੇ ਆਦਿ ਹੋ ਕੇ ਮੈਨੂੰ ਮਾਰ ਦੇਣਗੇ, ਮੇਰਾ ਰਾਜ ਪਾਗਲ ਹੋ ਲੈਣਗੇ ਤੇ ਦੂਜੀ ਇੱਜ਼ਤ ਨਹੀਂ ਆਉਣੀ। ਕੋਈ ਐਸਾ ਚਾਰਾ ਲੋਕੋ ਕਿਲਾ ਤੋੜ ਸਕੀਏ, ਸੁਰਨਾ ਪੱਟੀਆਂ ਆਪਾਂ ਨਹੀਂ ਪਹੁੰਚ ਸਕੇ, ਮੋਰਚੇ ਬੰਦੀ ਕਰ ਲਈ ਨਹੀਂ ਮਾਰ ਸਕੇ। ਜੋ ਇਹੋ ਕਾਜ ਸੁਧਾਰ ਹੈ ਮੇਰਾ, ਇਸ ਤੇ ਅਪਰ ਭਲੈ ਨਹਿਰ। ਅਕਬਰ ਅੱਖਾਂ ਭਰ ਕੇ ਕਹਿੰਦਾ ਜਿਹੜਾ ਮੇਰਾ ਇਹ ਕੰਮ ਸਵਾਰ ਦੂ ਮੈਨੂੰ ਮਤ ਦੇ ਕੇ, ਮੇਰਾ ਉਹ ਅਸਲ ਯਾਰ ਹੋਏਗਾ, ਮੇਰੇ ਲਈ ਚੰਗਾ ਹੋਏਗਾ। ਦੁਨੀਆਂ ਚ ਸਭ ਦੇ ਲਈ ਚੰਗੇ ਨਹੀਂ ਬਣ ਸਕਦੇ, ਜੇ ਤੁਸੀਂ ਇੱਕ ਬੰਦੇ ਲਈ ਚੰਗਾ ਬਣਨਾ ਤੇ ਸੈਂਕੜਿਆਂ ਲਈ ਬੁਰਾ ਕਰਨਾ ਹੀ ਪੈਣਾ। ਅਕਬਰ ਆਖਣ ਲੱਗਿਆ ਕਹਿੰਦਾ ਮੇਰੇ ਲਈ ਉਹ ਚੰਗਾ ਹੋਏਗਾ ਜਿਹੜਾ ਮੈਨੂੰ ਸੰਕਟ ਵਿੱਚੋਂ ਮੁਸੀਬਤ ਚੋਂ ਕੱਢੇ। ਤੇ ਸੱਚੀ ਗੱਲ ਆ ਕਿ ਸਾਡੇ ਲਈ ਉਹੀ ਬੰਦਾ ਦੇਵਤਾ ਹੁੰਦਾ ਹੈ ਜਿਹੜਾ ਬੁਰੇ ਸਮੇਂ ਚ ਸਾਡੀ ਬਾਂਹ ਫੜ ਕੇ ਨਾਲ ਖੜ ਕੇ ਆਖਿਓ ਘਬਰਾ ਨਾ, ਚਿੰਤਾ ਨਾ ਕਰ, ਰੱਬ ਹੈ ਸਾਡੇ ਲਈ, ਰੱਬ ਤੋਂ ਕਰ। ਅਕਬਰ ਬਾਦਸ਼ਾਹ ਇਹ ਗੱਲ ਕਹਿ ਕੇ ਮੱਥੇ ਹੱਥ ਰੱਖ ਕੇ ਸੋਚਣ ਲੱਗ ਪਏ। ਜਿੰਨੀ ਸਭਾ ਬੈਠੀ ਸੀ ਸਾਰੇ ਦੇ ਸਾਰੇ ਸੋਚਦੇ ਆ, ਹਰ ਬੰਦਾ ਸੋਚਦਾ ਹੈ ਕਿਉਂ ਨਾ ਬਾਦਸ਼ਾਹ ਦਾ ਗਰੀਬੀ ਬਣ ਜਾ, ਪਰ ਅਕਲ ਕਿੱਥੇ ਹੋਈ? ਇਹ ਤੇ ਬਾਦਸ਼ਾਹ ਵੀ ਜਾਣਦਾ ਬਚਣਾ ਕਿਵੇਂ ਆ, ਬਚਾਉਣਾ ਕਿਵੇਂ ਆ, ਪਰ ਕੋਈ ਨਵੀਂ ਤਕਨੀਕ ਹੋਵੇ, ਨਵੀਂ ਸੋਚ ਹੋਵੇ, ਜਿਸ ਸੋਚ ਦੇ ਨਾਲ ਜੁੱਧ ਜਿੱਤੇ ਆ ਜਾਵੇ। ਸਭ ਮੇਹੇ ਬਿਰਦਾ ਸੋ ਮੋਹੇ ਅਗਾਰੇ, ਜਿਸ ਕੇ ਆਨ ਮਾਨ ਹੋ ਭਰੇ। ਬਾਦਸ਼ਾਹ ਨੇ ਗੱਲ ਆਖੀ ਜਿਸ ਇਨਸਾਨ ਨੇ ਮੈਨੂੰ ਇਹ ਸਮਝਾ ਕੇ ਇਸ ਮੁਸੀਬਤ ਵਿੱਚੋਂ ਕੱਢਿਆ, ਉਹ ਮੇਰੀ ਆਨ ਬਾਨ ਸ਼ਾਨ, ਮੇਰੀ ਜਿੰਦ ਜਾਨ, ਮੇਰਾ ਉਹ ਸਨਮਾਨ ਤੇ ਤਖਤ ਤਾਜ ਹੋਏਗਾ। ਇਹ ਉਤਭਾਵ ਆਪਾਂ ਕਹਿੰਦੇ ਵੀ ਯਾਰ ਮੇਰਾ ਯਾਰ ਮੇਰਾ ਮਿੱਤਰ ਮੇਰੀ ਰੱਬ ਹੈ, ਉਹਤੋਂ ਬਿਨਾਂ ਮੈਨੂੰ ਕੋਈ ਸੋਚਦਾ ਹੀ ਹੈ, ਮੇਰੇ ਲਈ ਤੇ ਉਹ ਦੇਵਤੇ ਤੋਂ ਵੀ ਘੱਟ, ਮੇਰੇ ਲਈ ਤੇ ਉਹ ਭਗਵਾਨ ਤੋਂ ਵੀ ਘੱਟ, ਮੇਰੇ ਲਈ ਤੇ ਉਹ ਆਪਣਿਆਂ ਤੋਂ ਵੀ ਘੱਟ ਨਹੀਂ, ਕਿਉਂਕਿ ਜਦ ਮੈਨੂੰ ਕੋਈ ਖੜਿਆ ਨਹੀਂ ਦਿਸਦਾ ਉਹ ਹਰ ਹਾਲ ਵਿੱਚ ਮੇਰੇ ਨਾਲ ਹੁੰਦਾ ਹੈ। ਅਕਬਰ ਨੇ ਇਹ ਰੁਤਬੇ ਦਿੱਤੇ ਉਸ ਭਰੇ ਦਰਬਾਰ ਚ ਬੈਠ ਕੇ, ਕਹਿੰਦਾ ਜਿਹੜਾ ਮੈਨੂੰ ਇਸ ਮੁਸੀਬਤ ਚੋਂ ਕੱਢ ਕੇ ਲਾਇਆ ਉਹ ਮੈਂ ਕਦੇ ਉਹਦੀ ਗੱਲ ਨਹੀਂ ਬੋਲ ਸਕਦਾ, ਉਹ ਮੇਰੇ ਲਈ ਖੁਦਾ ਹੈ, ਮੇਰੇ ਲਈ ਮੱਕੇ ਦੇ ਸਮਾਨ ਹੈ, ਮੈਨੂੰ ਇਸ ਮੰਦ ਧਾਰ ਵਿੱਚੋਂ ਕੱਢ ਲਓ, ਮੈਂ ਨਾ ਮਰਨ ਦੇ ਥਾਂ ਵੀ ਨਿਤ ਪਲ ਪਲ ਮਰਦਾ ਹਾਂ। ਵੱਡ ਸੰਕਟ ਇਹੋ ਗੜ ਕੋ ਪਰਿਓ, ਟੁੱਟਿਓ ਨਹੀਂ ਜੁੱਧ ਬੜ ਕਰਿਓ। ਇੰਨਾ ਵੱਡਾ ਯੁੱਧ ਕਰਕੇ 4 ਤੋਂ 5 ਸਾਲ ਹੋ ਗਏ, ਚਿਤੌੜਗੜ੍ਹ ਦਾ ਕਿਲਾ ਸਾਡੇ ਤੋਂ ਟੁੱਟਿਆ ਨਹੀਂ, ਤੁਸੀਂ ਆਪ ਸੋਚੋ ਕਿੱਡਾ ਮਜ਼ਬੂਤ ਹੋਣਾ। ਜਿਹਨੂੰ ਦਿੱਲੀ ਦੀ ਸਲਤਨਤ ਸਮੇਂ ਦਾ ਬਾਦਸ਼ਾਹ ਘੇਰਾ ਪਾ ਕੇ ਕਈ ਸਾਲਾਂ ਤੋਂ ਬੈਠਾ, ਤੋਪਾਂ ਦੇ ਗੋਲੇ ਚੱਲਦੇ, ਉਚਾਈ ਇੰਨੀ ਆ ਕਿ ਗੋਲੇ ਨਹੀਂ ਪਹੁੰਚਦੇ, ਫੌਜਾਂ ਨਹੀਂ ਚੜ੍ਹ ਸਕਦੀ, ਅੰਦਰ ਵਾਲਿਆਂ ਕੋਲ ਰਾਸ਼ਨ ਸਭ ਕੁਛ ਹੈ, ਸੁਰਗਾਂ ਦੇ ਰਾਹੀਂ ਆ ਜਾ ਰਹੇ, ਤੇ ਰਾਜਪੂਤ ਰਾਜਿਆਂ ਦਾ ਏਕਤਾ ਬੜਾ ਹੈ। ਹੁਣ ਬਾਦਸ਼ਾਹ ਲਈ ਉਹ ਬਗਾਨੀ ਥਾਂ ਇੱਕ ਤਰ੍ਹਾਂ ਦੀ, ਕਿਉਂਕਿ ਜਿਹਨਾਂ ਦਾ ਰਾਜ ਹੈ ਜਿਹੜੇ ਲੋਕਲ ਨੇ ਉਹਨਾਂ ਦੀ ਚੇਨ ਬਣੀ ਹੋਈ ਆ, ਅੰਦਰੋਂ ਬਾਹਰ ਹੋਏ ਨੇ। ਅਕਬਰ ਕਹਿੰਦਾ ਇਸ ਕਿਲੇ ਨੂੰ ਢਾਉਣ ਦੀ ਜ਼ਰੂਰਤ ਦੱਸੋ, ਇਹਦੇ ਤੇ ਮੈਂ ਆਪਣਾ ਝੰਡਾ ਇੱਧਰ ਹੀ ਚਲਾਉਣਾ, ਜੇ ਇਹ ਕਿਲਾ ਨਾ ਦਿੱਤਿਆ ਹਿੰਦੁਸਤਾਨ ਦਾ ਰਾਜ ਸਾਡੇ ਹੱਥੋਂ ਖੁਸ ਜਾਣਾ ਏ। ਭੇਦ ਨਹੀਂ ਰਾਜਪੂਤਨ ਮਾਹੀ,
ਅਪਰੋ ਭਾਉ ਬਣੇ ਕੋ ਨਾਹੀ। ਇੱਕ ਬਾਦਸ਼ਾਹ ਦੁਸ਼ਮਣ ਹੋ ਕੇ ਵੀ ਤਾਰੀਫ ਕਰਦਾ ਕਿ ਇੰਨਾ ਏਕਾ ਰਾਜਪੂਤ ਰਾਜਿਆਂ ਦੇ ਵਿੱਚ ਸਾਡੀ ਇੰਟੈਲੀਜੈਂਸ ਦੇ ਖੁਫੀਆ ਤੰਤਰ ਦੇ ਕਿਉਂ ਅੰਦਰ ਦੀ ਗੱਲਬਾਤ ਨਹੀਂ ਕਰਦੇ। ਵੇਖੋ ਗੁਜਰਾਤੀ ਲੋਕ ਤਰੱਕੀਆਂ ਤੋਂ ਡਰਦੇ ਆ, ਕਿੰਨੇ ਭੱਜ ਕੇ ਕਰੋੜਾਂ ਲੈ ਕੇ ਪਤਾ ਲੱਗਾ ਬਹੁਤਾ ਪੂਰਾ ਵੱਡੇ ਤੋਂ ਵੱਡੇ ਰੁਤਬਿਆਂ ਤੇ। ਤੇ ਪੰਜਾਬ ਵਾਲੇ ਅੱਗੇ ਕਿਉਂ ਨਹੀਂ ਹੁੰਦੇ? ਇਹਨਾਂ ਦਾ ਕੋਈ ਮਾੜਾ ਜਿਹਾ ਟੁੱਟਿਆ ਜਾਂ ਸੰਤਰੀ ਵੀ ਲੱਗ ਗਏ, ਲੱਤਾਂ ਖਿੱਚ ਖਿੱਚ ਆਪੇ ਹੀ ਪਾੜ ਦਿੰਦੇ ਆ। ਸਤਨਾਮ ਇਹ ਨਹੀਂ ਬਦਲ ਦਿੰਦੇ ਕਿਸੇ ਨੂੰ, ਕਿਉਂਕਿ ਸਾਨੂੰ ਭੇਦ ਦੇਣ ਦੀ ਲੋੜ ਨਹੀਂ। ਅਸੀਂ ਤੇ ਚਾਹ ਪੀ ਕੇ ਦੱਸ ਜਾਈਏ ਸਾਰਾ ਕੁਝ, ਫਲਾਣੇ ਦੀ ਫਲਾਣੇ ਨਾਲ ਗੱਲਬਾਤ ਹੈ, ਫਲਾਣਾ ਫਲਾਣੇ ਨਾਲ ਲੜਦਾ, ਉਹਨਾਂ ਦੇ ਘਰੇ ਆਹ ਹੋ ਗਿਆ, ਫਲਾਣੇ ਦੇ ਭਰਾ ਦੀ ਭਰਾ ਨਾਲ ਨਹੀਂ ਬਣਦੀ। ਤੇ ਇਹ ਉਹ ਕੌਮ ਹੈ ਜਿਹੜੀ ਆਪਣੀਆਂ ਜੋਤੀਆਂ ਆਪ ਮਾਰੀ ਜਾਂਦੀ ਹੈ। ਪਰ ਰਾਜਪੂਤ ਕੌਮ ਦਾ ਇੱਕ ਏਕਾ ਸੀ, ਇੰਨੇ ਸਾਲਾਂ ਤੋਂ ਯੁੱਧ ਚੱਲਿਆ, ਕਿਸੇ ਇੱਕ ਨੇ ਵੀ ਆ ਕੇ ਅਕਬਰ ਨੂੰ ਨਹੀਂ ਕਿਹਾ ਵੀ ਮੈਨੂੰ ਦੇ ਚਾਰ ਪੈਸੇ ਮੈਂ ਦੱਸਦਾ ਇਹਨਾਂ ਕੋਲ ਜਾਣ ਦਾ ਰਾਹ। ਇੱਥੇ ਤੇ ਕੋਠਾਂ 'ਚ ਇੱਕ ਪੰਜਾਬੀ ਖੜ ਜੇ ਵੀ ਸ਼ਾਮ ਨੂੰ ਵਿਰੁੱਧ ਖੜੇ ਹੁੰਦੇ ਆ, ਆਹ ਕਿਉਂ ਕਰਤਾ ਜੀ, ਏਦਾਂ ਕਿਉਂ ਕਰਤਾ ਜੀ, ਚੱਲਦਾ ਨਾ ਡੱਡੂਆਂ ਦਾ ਬਸ ਦੇਖ ਰਹੇ ਉਹਨਾਂ ਨੂੰ, ਕਿਉਂ ਸਾਡੇ ਨਾਲ ਕਿਉਂ ਹੋ ਰਿਹਾ? ਕਿਉਂਕਿ ਅਸੀਂ ਇਹੀ ਕੁਝ ਡਿਜ਼ਰਵ ਕਰਦੇ ਹਾਂ। ਕੋਈ ਇਹ ਨਾ ਆਖੇ ਵੀ ਸਾਡੇ ਨਾਲ ਫਲਾਣੇ ਨੇ ਆਹ ਕਰਤਾ ਜੀ, ਫਲਾਣੀ ਹਕੂਮਤ ਨੇ ਆਹ ਕਰਤਾ। ਮੈਂ ਤੇ ਕਹਿੰਦਾ ਗੁਰੂ ਦੇ ਹਜ਼ੂਰੀ ਵਿੱਚ ਵੀ ਸਾਡੇ ਲੋਕਾਂ ਨਾਲ ਆਹੀ ਕੁਛ ਹੋਣਾ ਚਾਹੀਦਾ, ਕੋਈ ਗਲਤ ਨਹੀਂ ਕਰਦਾ। ਅਸੀਂ ਹਾਈ ਇਸੇ ਲਾਇਕ ਹੋ ਸਕਦਾ, ਇਸੇ ਲਾਇਕ ਅਸੀਂ ਚਾਰ ਚਾਰ ਛਿਲਣਾ ਪਿੱਛੇ ਵੇਗੇ ਲੋਕ ਇਹਦੇ ਕੀ ਖੁਸ਼ ਨੇ ਵੀ ਸਾਡਾ ਤੇ ਚਲੋ ਘਰ ਬੈਠਿਆਂ ਦਾ ਕੰਮ ਹੋ ਜਾਵੇ ਤੇ ਸਾਨੂੰ ਕੀ ਲੋੜ ਹੈ ਕਿਸੇ ਦੇ ਲੋਕ ਸੱਚ ਬੋਲਣ, ਅਸੀਂ ਕਿਉਂ ਬੋਲੀਏ, ਅਸੀਂ ਕਿਉਂ ਕਰੀਏ? ਪਰ ਅਕਬਰ ਕਹਿੰਦਾ ਮੈਂ ਹੈਰਾਨ ਹਾਂ, ਇਹਦਾ ਰਾਜਪੂਤ ਰਾਜਿਆਂ ਦਾ ਏਕਾ ਇੰਨਾ ਹੈ, ਏਕੇ ਜੀ ਬਦ ਹੁੰਦਾ ਵੀ ਮੈਨੂੰ ਕੋਈ ਭੇਦ ਨਹੀਂ ਦੱਸਦਾ ਇਹਨਾਂ ਦਾ। ਮੈਂ ਬੜਿਆਂ ਦੇ ਨੇੜੇ ਹੋ ਕੇ ਵੇਖਿਆ, ਬੜਿਆਂ ਨੂੰ ਲਾਲਚ ਦੇ ਕੇ ਦੇਖਿਆ, ਚਿਤੌੜਗੜ੍ਹ ਕਿਲੇ ਦੀ ਕੋਈ ਕਮੀ ਨਹੀਂ ਦੱਸ ਰਿਹਾ। ਕੋਈ ਤੇ ਪਤਾ ਹੀ ਹੁੰਦਾ ਲੋਕਾਂ ਨੂੰ ਕਿਹੜਾ ਦਰਵਾਜ਼ਾ ਮਾੜਾ, ਕਿਹੜਾ ਬੰਦਾ ਵਿੱਚ ਵਤਾਲੂ ਹੋ ਸਕਦਾ ਜਿਹੜਾ ਚਾਰ ਪੈਸੇ ਲੈ ਕੇ ਡੋਬ ਸਕਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸੂਰਜ ਕਦੇ ਡੁੱਬ ਨਹੀਂ ਸੀ ਸਕਦਾ ਜੇ ਡੋਬਰੇ ਆਪਣਾ ਬਣ ਕੇ ਨਾ ਬੇੜਾ ਡੋਬਦੇ ਆ। ਸਤਨਾਮ ਨੇ ਮਾਰਿਆ, ਭਰੋਸਾ ਕਰਦੇ ਸੀ ਮਹਾਰਾਜਾ, ਆਪਣਾ ਮੰਨਦੇ ਸੀ ਸਾਰਿਆਂ ਇਹ ਹਾਲਾਤ। ਪਰ ਇੱਥੇ ਅਕਬਰ ਬਾਦਸ਼ਾਹ ਪਰੇਸ਼ਾਨ ਹੈ ਵੀ ਇਹਨਾਂ ਚ ਕੋਈ ਦੱਸਦਾ ਹੀ ਹੈ ਨੀ, ਜਦੋਂ ਤੱਕ ਭੇਦ ਨਹੀਂ ਮਿਲਦਾ। ਯਾਰ ਲੰਕਾ ਦੇ ਰਾਜੇ ਰਾਮ ਨੂੰ ਕੌਣ ਮਾਰ ਸਕਦਾ ਸੀ? ਰਾਮਚੰਦਰ ਜੀ ਬੇਸ਼ੱਕ ਯੁੱਧ ਕਰਦੇ, ਬੜੇ ਮਹਾਨ ਨੇ, ਪੁਰਸ਼ੋਤਮ ਪੁਰਸ਼ ਨੇ, ਨਹੀਂ ਮਾਰ ਸਕਦੇ ਸੀ ਕਦੇ ਜੇ ਸਾਡਾ ਭਰਾ ਭੇਦ ਨਾ ਦਿੰਦਾ। ਲੱਗਿਆ ਰਹਿੰਦਾ ਯੁੱਧ, 20 ਸਾਲ ਲੱਗਿਆ ਰਹਿੰਦਾ, 40 ਸਾਲ ਲੱਗਿਆ ਰਹਿੰਦਾ, ਕੱਖ ਨਹੀਂ ਸੀ ਕਰ ਸਕਦੇ। ਗੁਰਬਾਣੀ ਨੇ ਲਿਖਦੇ ਆ ਭੇਦ ਭਤੀਫਣ ਗੁਰਮੁਖ ਪਰਚਾਇਣ, ਜੇ ਆਪਣੇ ਭਰਾ ਨੇ ਜਾ ਕੇ ਭੇਦ ਦਿੱਤਾ ਵੀ ਇਹਨੂੰ ਕਿਵੇਂ ਬੰਨਿਆ ਜਾ ਸਕਦਾ, ਇਹਦੀ ਕਮੀ ਕਿਹੜੀ ਹੈ, ਇਹ ਕਿਹਦਾ ਕਿਹਦਾ ਤਪ ਕੀਤਾ ਹੋਇਆ, ਇਹ ਕਿੱਥੇ ਮਾਰਿਆ ਜਾ ਸਕਦਾ ਹੈ? ਤੇ ਉਹ ਸਾਰੇ ਭੇਦ ਰਾਮ ਜੀ ਕੋਲ ਆਏ, ਉਹਨਾਂ ਤਾਂ ਲਪੇਟੇ ਤਾਂ ਮਾਰੇ। ਤੇ ਇਹ ਵੀ ਅਕਬਰ ਬਾਦਸ਼ਾਹ ਪਰੇਸ਼ਾਨ ਸੀ, ਮੈਨੂੰ ਭੇਦ ਨਹੀਂ ਮਿਲ ਰਿਹਾ, ਕਿੰਨੀ ਵੱਡੀ ਗੱਲ ਹੈ, ਕਿੰਨੀ ਸੋਹਣੀ ਗੱਲ ਹੈ। ਤੇ ਇੱਥੇ ਸੱਚੀ ਗੱਲ ਹੈ ਜੀ, ਤੁਸੀਂ ਆਪਣੇ ਚਾਚੇ ਦੇ ਵਿਰੁੱਧ ਬੋਲ ਕੇ ਵੇਖੋ, ਸਾਡਾ ਭਤੀਜਾ ਖੜਾ ਕਹਿੰਦਾ ਲੈ ਇਹਦੇ ਬਾਰੇ ਮੈਨੂੰ ਪਤਾ, ਇਹਦਾ ਫਲਾਣੇ ਥਾਣੇ 'ਚ ਪਰਚਾ ਦਰਜ ਜਾਂ ਫਲਾਣੇ ਨਾਲ ਠੱਗੀ ਮਾਰੀ, ਚੱਲ ਮੈਂ ਲੈ ਚੱਲਦਾ। ਏਕਾ ਬੜਾ ਵੱਡਾ, ਕਿਸੇ ਦੇ ਔਗਣਾਂ ਤੇ ਗੁਣਾਂ ਨੂੰ ਹਜ਼ਮ ਕਰਨਾ, ਜਜ਼ਬ ਕਰਨਾ ਬੜੀ ਵੱਡੀ ਤਾਕਤ ਹੈ। ਉਸ ਤਾਕਤ ਨੇ ਮੁਗਲਾਂ ਦਾ ਬਾਦਸ਼ਾਹ ਅੱਜ ਚਿੰਤਤ ਕੀਤਾ ਹੋਇਆ ਏ। ਪੀਰ ਫਕੀਰ ਅਪਰ ਜੋ ਕੋਈ, ਜਿਸ ਕੋ ਕਹਿਓ ਬਾ ਕਫੁਰ ਹੋਈ। ਸਾਰੇ ਹੱਲ ਵੇਲੋ ਦੇ,
ਅਕਬਰ ਬਾਦਸ਼ਾਹ ਕਹਿੰਦਾ ਮੈਂ ਕੋਈ ਪੀਰ ਨਹੀਂ ਛੱਡਿਆ, ਫਕੀਰ ਨਹੀਂ ਛੱਡਿਆ, ਕੋਈ ਤਾਂਤਰਿਕ ਨਹੀਂ ਛੱਡਿਆ ਜਿਹਦੇ ਦਰ ਤੇ ਮੈਂ ਚਾਦਰ ਨਾ ਭੇਜੀ ਹੋਵੇ, ਮਾਇਆ ਨਾ ਭੇਜੀ ਹੋਵੇ, ਮੱਥਾ ਨਾ ਟੇਕਿਆ ਹੋਵੇ, ਪਰ ਪਿਤਾ ਦੇ ਤੇ ਮੇਰਾ ਸਭ ਤੋਂ ਭਰੋਸਾ ਹੀ ਉੱਠਦਾ ਜਾਂਦਾ ਹੈ ਵੀ ਨੁਕਸਾਨ ਮੇਰਾ ਹੋਇਆ, ਲੜਾਈ ਮੈਂ ਲੜਦਾ, ਸੈਂਕੜੇ ਪੀਰ ਫਕੀਰ ਮਨਾਲੇ ਗਰ ਖੜਿਆ ਤੇ ਕੋਈ ਹੈ ਨਹੀਂ ਆਖੋ ਸਕਦਾ। ਸੱਚੀ ਉਹ ਲੋਕ ਟੁੱਟ ਜਾਂਦੇ ਆ। ਮੰਨ ਲਓ ਇੱਕ ਬੰਦਾ 20 ਡਾਕਟਰਾਂ ਕੋਲ ਜਾ ਰਿਹਾ, 40 ਕੋਲ ਜਾ ਰਿਹਾ, ਨਹੀਂ ਉਹਦਾ ਰੋਗ ਕਿਸੇ ਨੂੰ ਸਮਝ ਆਇਆ। ਹੁਣ ਕੋਈ ਆਖੇ ਵੀ ਫਲਾਣਾ ਡਾਕਟਰ ਬੜਾ ਸਿਆਣਾ, ਉਹਦੇ ਕੋਲ ਚਲਿਆ ਜਾਓ, ਝੱਟ ਉਹ ਕਹਿੰਦਾ ਰਹਿਣ ਦੇ ਯਾਰ ਮੇਰਾ ਤੇ ਗੁੱਸੇ ਹੀ ਖਤਮ ਹੋ ਗਿਆ। ਕੋਈ ਬੰਦਾ ਕਿਸੇ ਤਾਂਤਰਿਕ ਕੋਲ ਗਿਆ, ਕੰਮ ਸਬੂਤ ਨਹੀਂ ਆਇਆ, ਕੋਈ ਇੱਕ ਨਹੀਂ 20 ਕੋਲ ਗਿਆ, ਕੋਈ ਕਹਿੰਦਾ ਯਾਰ ਹੈ ਨਹੀਂ ਕਿਸੇ ਕੋਲ ਡਾਕਟਰ, ਉਹ ਤੇ ਰੱਬ ਤੋਂ ਵੀ ਭਰੋਸਾ ਉੱਠ ਜਾਂਦਾ, ਕਹਿੰਦਾ ਨਾ ਯਾਰ ਰੱਬ ਨੂੰ ਕੁਛ ਨਹੀਂ ਹੈਗਾ, ਮੈਂ ਤੇ ਇੰਨਾ ਦੁਖੀ, ਮੇਰਾ ਤੇ ਕਦੇ ਗੁੱਸਾ ਹੋਇਆ ਨਹੀਂ। ਅਕਬਰ ਬਾਦਸ਼ਾਹ ਆਪਣੇ ਮੂੰਹੋਂ ਬੋਲਿਆ, ਕਹਿੰਦਾ ਅੱਜ ਤੋਂ ਬਾਅਦ ਪੀਰਾਂ ਪੈਗੰਬਰਾਂ ਔਲੀਆਂ ਤੇ ਦੇਵਤਿਆਂ ਦੇ ਮੇਰਾ ਭਰੋਸਾ ਖਤਮ ਹੋ ਗਿਆ ਏ। ਸੋ ਖੋਜੋ ਚਾਰੋਂ ਦਿਸ ਮਾਹੇ, ਜਹਾਂ ਸੁਣੋ ਪਰਖੋ ਤਹਿ ਜਾਣੇ। ਇਹਦਾ ਜਿੰਨੇ ਹੁਣ ਤੱਕ ਧਿਆਏ ਕਿਸੇ ਨੇ ਕੁਝ ਕੀਤਾ ਨਹੀਂ, ਪਰ ਕੋਈ ਇੱਕ ਅੱਧਾ ਐਸਾ ਰੱਬ ਨੂੰ ਜੇ ਹੈ ਵੀ ਜਿਹੜਾ ਮੇਰੀ ਇਸ ਡੁੱਬ ਦੀ ਨਈਆ ਨੂੰ ਬੇੜੀ ਨੂੰ ਪੰਨੇ ਲਾ ਦੇ। ਜਦੋਂ ਅਕਬਰ ਬਾਦਸ਼ਾਹ ਦੀ ਗੱਲ ਸੁਣੀ, ਸਾਰੇ ਬੈਠੇ ਸੋਚੇ ਵੀ ਗੱਲ ਤੇ ਸੌਖੀ ਆ, ਜੇ ਕੋਈ ਇਹੋ ਜਿਹਾ ਲੱਭ ਜੇ ਬਾਦਸ਼ਾਹ ਨਾਲ ਕਰੀਬੀ ਮਿੱਤਰਤਾ ਪੈ ਜੂਗੀ। ਪਾਛਾ ਕਹਿੰਦਾ ਕੋਈ ਤੇ ਲੱਭੋ ਯਾਰ, ਦੁਨੀਆਂ ਤੇ ਐਸਾ ਤੇ ਹੋਊਗਾ, ਹੁਣ ਵੇਖੋ ਕਿੰਨੇ ਤੁਰੇ ਫਿਰਦੇ ਆ, ਕਰੋਨਾ ਟਾਈਮ ਤੇ ਕੋਈ ਬ੍ਰਹਮ ਗਿਆਨੀ ਲੱਭੇ ਆ ਜੀ। ਮੈਂ ਵੀ ਅੱਗੇ ਬੜਿਆਂ ਦਾ ਸਤਿਕਾਰ ਕਰਦਾ ਸੀ, ਫਲਾਣਾ ਬ੍ਰਹਮ ਗਿਆਨੀ ਫਲਾਣਾ, ਮੈਂ ਕਿਹਾ ਜਿੱਦਣ ਕਰੋਨਾ ਆਇਆ ਬ੍ਰਹਮ ਗਿਆਨੀਆਂ ਨੇ ਪਹਿਲਾਂ ਤਾਲੇ ਲਾ ਲਏ, ਕਹਿੰਦੇ ਅੰਦਰ ਡੇਰੇ ਜਿਹਾ ਕੋਈ ਵੜ ਗਿਆ, ਸਤਨਾਮ ਵੀ ਬਾਬਾ ਬੁੱਢਾ ਕਿਤੇ ਬੁੜਕ ਨਾ ਜਾਵੇ, ਨਾਲੇ ਕਹਿੰਦੇ ਬ੍ਰਹਮ ਗਿਆਨੀ ਸ੍ਰਿਸ਼ਟੀ ਦਾ ਕਰਤਾ ਹੈ, ਬ੍ਰਹਮ ਗਿਆਨੀ ਕਦੇ ਮਰਦਾ ਨਹੀਂ, ਕਿਸੇ ਤੋਂ ਡਰਦਾ ਨਹੀਂ, ਉੱਤੇ ਰੱਬ ਦਾ ਰੂਪ ਹੈ ਖੜਿਆ। ਕੋਈ ਕਿਸੇ ਨੇ ਦੁਰਦਸ਼ਾ ਲੋਕਾਂ ਦੀ ਠੀਕ ਕੀਤੀ ਹੈ? ਅੱਜ ਜਿਹੜੇ ਧਰਮ ਦੇ ਨਾਂ ਤੇ ਧੰਦੇ ਚੱਲਦੇ ਸੀ, ਮੈਂ ਕਹਿੰਦਾ ਦਰਵਾਜ਼ੇ ਬੰਦ ਸੀ ਸਭਦੇ। ਇਹ ਦੋ ਪਰਸਾ ਚੁੱਕੀ ਸੁਣਨਾ ਤੁਸੀਂ, ਇੱਕ ਸੀ ਗੁਰੂ ਨਾਨਕ ਦਾ ਘਰ, ਜਿਹੜੇ ਬੇਪਰਵਾਹ ਹੋ ਕੇ ਲਾਸ਼ਾਂ ਵੀ ਚੁੱਕਦੇ ਰਹੇ, ਘਰ ਵੜ ਵੜ ਰੋਟੀਆਂ ਵੀ ਖਵਾਉਂਦੇ ਰਹੇ ਆ, ਤੇ ਫਿਰ ਇਹ ਧਰਮ ਸੱਚਾ ਸੁੱਚਾ ਹੋਇਆ ਉਹ ਹੋਏ ਜਿਹੜੇ ਅੱਗੋਂ ਪਿੱਛੇ ਤੇ ਦੁਕਾਨਦਾਰੀਆਂ ਖੋਲ ਕੇ ਬੈਠੇ ਵੀ ਆ ਜੋ ਮਾਇਆ ਜੀ ਵੀ ਸਾਨੂੰ ਦੇ ਜੋ, ਤੇ ਜਦ ਜਮਾਨੇ ਤੇ ਭੀੜ ਪਈ ਤੇ ਤਾਲੇ ਲਾ ਲਏ, ਕਹਿੰਦੇ ਜੀ ਅਵੇਲੇਬਲ ਕੋਈ ਨੀ, ਫਲਾਣਾ ਬਾਬਾ ਫਲਾਣੀ ਥਾਂ ਗਿਆ ਹੋਇਆ। ਅਕਬਰ ਨਾਲ ਕੀਤਾ ਹੀ ਹੋਇਆ, ਉਹ ਕਹਿੰਦਾ ਮੈਂ ਕਿਹੜਾ ਪੀਰ ਆ ਜਿਹਨੂੰ ਨਹੀਂ ਮਨਾਇਆ, ਪਰ ਮੈਂ ਅੱਜ ਵੀ ਸੋਚਦਾ ਕੋਈ ਤੇ ਰੱਬ ਨਾਲ ਰੰਗਿਆ ਹੋਊਗਾ, ਕੋਈ ਤੇ ਮਿਲਿਆ ਹੋਊਗਾ, ਕਰੋੜਾਂ ਚੋਂ ਇੱਕ ਅੱਧਾ ਹੋਵੇ ਜਿਹੜਾ ਮੇਰਾ ਮੋਰਚਾ ਫਤਿਹ ਕਰ ਦੇ। ਕਰਨਾ ਕਰੇ ਮੈਂ ਸਭ ਜੁੱਤ ਤੇ ਸਕੇ ਅਨਸਰੇ। ਬਾਦਸ਼ਾਹ ਨੇ ਇੱਕ ਸ਼ਰਤ ਰੱਖਤੀ, ਕਹਿੰਦਾ ਮੈਂ ਆਪਣਾ ਆਪ ਉਹਦੇ ਚਰਨਾਂ ਚ ਰੱਖ ਦਿਆਂਗਾ, ਭਾਵੇਂ ਤਖਤ ਦਾ ਬਾਦਸ਼ਾਹ ਹਾਂ, ਅੱਜ ਜਿਹੜਾ ਭੀੜ ਪਈ ਤੇ ਮੇਰੇ ਨਾਲ ਖੜਿਆ ਮੇਰਾ ਤੇ ਉਹੀ ਸਤਨਾਮ, ਉਹੀ ਰੱਬ ਹੈ, ਸਭ ਕੁਝ ਸੌਂਪਦੇ ਜੋ ਕੁਛ ਮੇਰੇ ਕੋਲ ਹੋਏਗਾ ਉਹ ਤੋਂ ਕੁਰਬਾਨ ਕਰ ਦਿਆਂਗਾ, ਬਸ ਮੈਨੂੰ ਇਸ ਫਸੀ ਮੁਸੀਬਤ ਚੋਂ ਕੱਢ ਲੈ। ਦੇਖੋ ਜਦੋਂ ਇਨਸਾਨ ਕਿਸੇ ਵੀ ਪ੍ਰੋਬਲਮ ਦੇ ਵਿੱਚ ਹੁੰਦਾ ਨਾ, ਉਹਨੂੰ ਉਹ ਮੁਸ਼ਕਲ ਬਹੁਤ ਵੱਡੀ ਲੱਗਦੀ, ਉਹ ਇੰਨਾ ਕੁ ਉਹਨੂੰ ਫੇਸ ਕਰ ਕਰਕੇ ਸੋਚ ਸੋਚ ਕੇ ਸੋਚ ਸੋਚ ਕੇ ਪਰੇਸ਼ਾਨ ਹੋ ਜਾਂਦਾ ਹੈ, ਉਹਨੂੰ ਛੋਟੀ ਜਿਹੀ ਗੱਲ ਪਹਾੜ ਲੱਗਣ ਲੱਗ ਜਾਂਦੀ। ਤੁਸੀਂ ਕਿਸੇ ਵੀ ਗੱਲ ਬਾਰੇ ਬਹੁਤਾ ਸੋਚਣ ਲੱਗ ਜੋ ਵੱਡੀ ਲੱਗਣ ਲੱਗ ਜਾਂਦੀ ਹੈ। ਤੇ ਅਕਬਰ ਲਈ ਤੇ ਯੁੱਧ ਚੱਲਦਾ ਸੀ, ਸਾਹਮਣੇ ਯੋਧੇ ਮਰਦੇ ਸੀ, ਖੂਨ ਵਹਿੰਦਾ ਸੀ, ਬਦਨਾਮੀ ਹੋ ਰਹੀ ਹੈ, ਬੜੇ ਰਾਜੇ ਸੋਚ ਰਹੇ ਨੇ ਵੀ ਅਕਬਰ ਦੀ ਫੌਜ ਨਾਲ ਟਾਕਰਾ ਕਰ ਲਈਏ। ਹੁਣ ਇਸ ਚਿੰਤਾ ਵਿੱਚ ਉਹਨੂੰ ਲੱਗਦਾ ਸੀ ਮੇਰਾ ਸਭ ਤੋਂ ਵੱਡਾ ਦੁੱਖ ਇਹੀ ਹੈ ਜੇ ਬੰਦੇ ਦੀ ਇੱਜ਼ਤ ਨਾ ਰਹੀ ਤੇ ਫਿਰ ਰਹਿ ਗਈ ਹੈ ਪਿੱਛੇ ਪਿੱਛੇ ਹੀ ਰਹਿ ਗਿਆ।
ਅਕਬਰ ਕਹਿੰਦਾ ਕੋਈ ਐਸਾ ਪੀਰ ਫਕੀਰ ਸੰਤ ਸਾਧੂ ਲੱਭੋ, ਲੱਭੇ ਹੋਏ ਕਰ ਜਿਹੜਾ ਬਚਨ ਦਾ ਬਲੀ ਹੋਵੇ, ਜੋ ਆਖੇ ਝਟਪਟ ਪੂਰਾ ਹੋ ਜੇ। ਐਸੋ ਖੋਜ ਬਤਾਵੇ ਮੋਹੀ, ਅਦ ਕਹੀ ਟੋਤੇ ਸਮ ਨਹਿ ਹੋਈ। ਮੇਰਾ ਤੋਂ ਮਿੱਤਰ ਤੋਂ ਘੱਟ ਨਹੀਂ ਹੋਊਗਾ, ਪਿਤਾ ਤੋਂ ਘੱਟ ਨਹੀਂ ਹੋਊ, ਜਿਹੜਾ ਮੇਰਾ ਸਾਥ ਦੇਵੇ। ਤੁਸੀਂ ਆਪ ਸੋਚੋ ਵੀ ਇੱਕ ਬਾਦਸ਼ਾਹ ਕੋਲ ਕਿੰਨੇ ਤੁਰੇ ਫਿਰਦੇ ਤੰਤਰ ਮੰਤਰ ਕਰਨ ਵਾਲੇ ਫਿਰਦੇ ਸੀ ਨਾ, ਨਮਸ਼ਕਾਰਾਂ ਕਰਨ ਵਾਲੇ। ਤੇ ਪਤਾ ਅੱਜ ਲੱਗਿਆ ਵੀ ਸਾਰੀ ਪ੍ਰਣਾਲੀ ਸੀ ਤੁਹਾਨੂੰ ਅੱਜ ਵੀ ਬੜੇ ਮਿਲ ਜਾਣਗੇ, ਚਟੀਆਂ ਕਾਲੀਆਂ ਮਾਲਾ ਪਾਈਆਂ ਫੁੱਲ ਸਟਾਉਂਦੇ ਫਿਰਦੇ, ਆਪਣਾ ਹੀ ਕੈਮਰਾ ਹੁੰਦਾ, ਆਪਣੇ ਹੀ ਫੁੱਲ ਹੁੰਦੇ ਆ, ਆਪਣੇ ਹੀ ਚਮਚੇ ਚਾਕੜੇ ਸੁੱਟੀ ਜਾਂਦੇ, ਆਪੇ ਹੀ ਪਿੱਛੇ ਗੀਤ ਲਾ ਲੈਣਾ, ਆਪੇ ਪਿੱਛੇ ਸ਼ਬਦ ਲਾ ਲੈਣਾ, ਤੇ ਆਪਣੀ ਫੇਸਬੁੱਕ ਤੇ ਆਪ ਹੀ ਪਾ ਕੇ ਬਾਬਾ ਜੀ ਧੰਨ ਨੇ, ਬਾਬਾ ਜੀ ਧੰਨ ਨੇ। ਇਹਨਾਂ ਬਾਬਿਆਂ ਦੇ ਤੇ ਪੰਥ ਡੋਬੇ, ਇਹਨਾਂ ਦੇ ਤੇ ਸਾਰੇ ਸਿਆਪੇ ਨੇ। ਇਹਨਾਂ ਦੀ ਜਾ ਕੇ ਚੈੱਕ ਕਰੋ ਇਹਨਾਂ ਦੇ ਅਕਾਊਂਟ ਕੀ ਹੈ, ਨਾ ਹੋਵੇ ਪੁੱਤ ਪੋਤੇ ਪੜਪੋਤਿਆਂ ਦਾ ਤੇ ਪ੍ਰਾਪਤੀਆਂ ਬਣਾਈ ਫਿਰਦੇ, ਲੋਕਾਂ ਨੂੰ ਧੂਫਾਂ ਵੀ ਲਾਇਆ ਹੋਇਆ। ਚਲੋ ਆਪ ਹੀ ਚੱਕ ਫੁੱਲ ਦਾ ਪ੍ਰਸ਼ਾਦ, ਚੱਕ ਲੱਡੂ ਦਾ ਪ੍ਰਸ਼ਾਦ, ਪੰਜ ਪੰਚਮੀਆਂ ਨਾ ਹੀ ਫਲਾਣੇ ਦੇ ਨਾ ਹੀ, ਬਸ ਇੱਥੇ ਖੜਿਆ ਤੇ ਲੋਕ ਵੀ ਖੁਸ਼ ਹੁੰਦੇ। ਪਰ ਉਸ ਵੇਲੇ ਇਹ ਗੱਲ ਸਾਬਤ ਹੋ ਗਈ ਵੀ ਵੱਡੇ ਵੱਡੇ ਪੀਰ ਪੈਗੰਬਰ ਔਲੀਏ ਅਕਬਰ ਦੇ ਕੋਈ ਕੰਮ ਨਹੀਂ ਆਇਆ, ਕਿਤੇ ਗਏ ਸਾਰੇ, ਕਿਸੇ ਦਾ ਕੋਈ ਮੰਤਰ ਨਹੀਂ ਚੱਲਿਆ, ਤੰਤਰ ਨਹੀਂ ਚੱਲਿਆ, ਜੰਤਰ ਨਹੀਂ ਚੱਲਿਆ। ਬੜੇ ਬੜੀਆਂ ਗੱਲਾਂ ਕਰਨ ਵਾਲੇ ਫਿਰਦੇ, ਅੱਜ ਵੀ ਬੜੇ ਮਿਲਦੇ ਆ ਜੀ, ਵਸ਼ੀਕਰਨ ਕਰ ਦਾਂਗੇ, ਉਹ ਕਰ ਦਾਂਗੇ, ਕਿਸੇ ਕੋਲ ਸੱਤ ਚੁੱਲ੍ਹਿਆਂ ਦੀ ਜ਼ੁਬਾਨ ਨਹੀਂ। ਯਾਰ ਜੇ ਬੰਦਾ ਇਹੋ ਜਿਹੀਆਂ ਗੱਲਾਂ ਕਰਦਾ ਹੋਵੇ ਤੇ ਰੱਬ ਨੂੰ ਰੱਬ ਕੌਣ ਸਮਝੇ। ਪਰ ਅਕਬਰ ਕਹਿੰਦਾ ਮੇਰਾ ਭਰੋਸਾ ਟੁੱਟ ਗਿਆ, ਮੈਨੂੰ ਤੇ ਪੀਰਾਂ ਫਕੀਰਾਂ ਤੇ ਵੀ ਵਿਸ਼ਵਾਸ ਨਹੀਂ ਰਿਹਾ। ਯਾਰ ਕੋਈ ਤੇ ਹੋਊ ਦੁਨੀਆਂ ਤੇ ਜਿਹੜਾ ਲਾਲਚ ਨਹੀਂ ਕਰਦਾ ਹੋਊਗਾ, ਇੱਕ ਬਚਨ ਦੇ ਨਾਲ ਬੇੜਾ ਬੰਨੇ ਲਾਊਗਾ। ਇਸ ਸੰਦ ਹੀ ਗਤ ਮਿਹ ਗਰਿਓ, ਕਰੈ ਨਿਕਾਸਨ ਜੋ ਹਿਤ ਭਇਓ। ਇਹਨਾਂ ਕੁਛ ਕਹਿ ਕੇ ਅਕਬਰ ਬਾਦਸ਼ਾਹ ਗਲ ਭਰ ਆਇਆ, ਕਹਿੰਦਾ ਮੈਨੂੰ ਲੱਗਦਾ ਮੇਰੇ ਹਿੰਦੁਸਤਾਨ ਦੀ ਧਰਤੀ ਤੇ ਨਹੀਂ ਕੋਈ ਹੈਗਾ ਮੰਤਰ। ਸੱਚੀ ਜਦੋਂ ਬੰਦਾ ਦੁਖੀ ਹੁੰਦਾ ਨਾ, ਫਿਰ ਅਮੀਰ ਤੇ ਗਰੀਬ ਦਾ ਰੌਲਾ ਨੀ ਉੱਤੇ ਹੁੰਦਾ, ਮਨ ਮਾਨ ਹੀ ਹੁੰਦਾ, ਚਾਹੇ ਅਮੀਰ ਦਾ ਚਾਹੇ ਬਾਦਸ਼ਾਹ ਦਾ। ਜਦ ਦੁਖੀ ਹੁੰਦਾ ਬਰਾਬਰ ਹੀ ਹੁੰਦੇ ਦੁੱਖ ਸਾਰਿਆਂ ਦੇ, ਇਹ ਨੀ ਹੁੰਦਾ ਵੀ ਅਮੀਰ ਦਾ ਦੁੱਖ ਵੱਡਾ ਤੇ ਗਰੀਬ ਦਾ ਛੋਟਾ, ਦੁੱਖ ਦੁੱਖ ਹੈ, ਸੁੱਖ ਸੁੱਖ ਹੈ। ਚਿੰਤਤ ਹੋਇਆ, ਮਨ ਭਰਿਆ ਆ, ਮੈਨੂੰ ਤਾਂ ਨਹੀਂ ਮਿਲਣਾ, ਆਸ ਨਹੀਂ ਲੱਗਦੀ ਕਿਸੇ ਪਾਸੇ। ਪਰ ਕਹਿੰਦੇ ਜਿੰਨੇ ਬੈਠੇ ਸੀ ਉਹ ਮੂਰਤੀਆਂ ਬਣੇ ਬੈਠੇ, ਕੋਈ ਬੋਲਦਾ ਹੀ ਨਹੀਂ, ਬੋਲਦੇ ਤਾਂ ਨਹੀਂ ਕਿਉਂਕਿ ਕਿਸੇ ਕੋਲ ਇਹੋ ਜਿਹਾ ਹੈ ਹੀ ਨਹੀਂ ਜਿਹੜਾ ਆਖੇ ਵੀ ਜਾ ਬਾਦਸ਼ਾਹ ਲਿਖ ਕੇ ਗੱਲਾਂ ਤੇਰਾ ਕੰਮ ਹੋ ਜਾਊ, ਕੋਈ ਹੈ ਨਹੀਂ ਰੱਖੀ ਚੁੱਕਣ ਵਾਲਾ। ਬਚਨ ਕਰਨ ਵਾਲੇ ਤੇ ਅੱਜ ਵੀ ਬੜੇ ਤੁਰੇ ਫਿਰਦੇ, ਸਾਡੇ ਤੋਂ ਕਰਾ ਲਓ ਬਚਨ ਦਾ ਕੀ ਹੈ, ਉਹ ਤੇ ਇਕੱਲਾ ਹੀ ਲਾਉਣਾ ਜੇ ਲੱਗ ਗਿਆ ਠੀਕ ਹੈ, ਨਹੀਂ ਤੇ ਨਾ ਸਹੀ। ਦੁਨੀਆਂ ਤੇ ਧਰਮ ਦੇ ਟ੍ਰਿਕ ਨੇ, ਧੰਦੇ ਦੇ ਟ੍ਰਿਕ ਨੇ, ਵੱਧਦੇ ਜਾ ਰਹੇ ਆ। ਮੈਂ ਕਹਿੰਦਾ ਮੈਨੂੰ ਪੁੱਛੋ, ਮੈਂ ਜਿੰਨੇ ਮਰਜ਼ੀ ਉਹਨੇ ਦੱਸ ਦੂੰਗਾ ਵੀ ਆਹ ਕੰਮ ਏਦਾਂ ਹੁੰਦਾ, ਆਜਦਾ ਹੁੰਦਾ। ਫਿਰ ਸੋਚੀ ਤਾਂ ਛੋਟ ਵੱਡੀ ਲੈਣਾ ਲੈਣ ਤੋਂ ਹੁੰਦਾ, ਕਰਜ ਕਰਾਉਣ ਵਾਲਾ ਇੱਕ ਪਰਮਾਤਮਾ ਏ, ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਝੁਲਦਾ ਤੇ ਕਿਸੇ ਦੇ ਗੋਲ ਨਾਲ ਕਿਸੇ ਦੇ ਘਰ ਧੀ ਪੁੱਤ ਦੇਖੋ। ਜੇ ਰੱਬ ਨੇ ਕਰਮਾਂ ਦੇ ਨਾਲ ਲਿਖਿਆ ਬੰਦਾ ਕੀ ਕਰ ਲੂਗਾ, ਨਹੀਂ ਜੇ ਉਹਦੀ ਰਜ਼ਾ ਏ ਤੇ ਫਿਰ ਬਹਾਨਾ ਬਣ ਸਕਦਾ, ਜੇ ਉਹਦੀ ਰਜ਼ਾ ਤੇ ਉਹਦਾ ਹੁਕਮ ਆ। ਨਾਲੇ ਰੋਜ਼ ਪੜ੍ਹਦੇ ਹਾਂ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ, ਵੀ ਉਹਦੇ ਹੁਕਮ ਤੇ ਸਾਰਾ ਸੰਸਾਰ ਹੈ, ਉਹਦੇ ਹੁਕਮ ਤੋਂ ਬਾਹਰ ਹੋਈ ਨੀ ਤੇ ਫਿਰ ਬੰਦਾ ਕੀ ਕਰ ਸਕਦਾ, ਕੁਛ ਵੀ ਨਹੀਂ ਕਰ ਸਕਦਾ।
ਇਹ ਵਿਹਲਾ ਬਹਿਦਾ ਚਲੋ ਬੰਦਾ ਨਾ ਜਦੋਂ ਦੁਖੀ ਹੁੰਦਾ ਉਹ ਆਪਣਾ ਡਾਇਵਰਟ ਕਰਨ ਲਈ ਕਦੇ ਕਿਸੇ ਨੂੰ ਮੱਥਾ ਟੇਕ ਆਉਂਦਾ ਉਹਨੂੰ ਲੱਗਦਾ ਵੀ ਮੈਂ ਆਪਣੀ ਮੁਸੀਬਤ ਨਾ ਪੁਰਾਣੇ ਬਾਬੇ ਨੂੰ ਮੱਥਾ ਟੇਕਦਾ ਹੈ ਉਹ ਚੱਕੂ ਕਰ ਲਓ ਕੋਈ ਨੀ ਕਿਸੇ ਦਾ ਕੰਮ ਚੁੱਕਦਾ ਇੱਕ ਪੂਰੇ ਸਾਧੂ ਤੋਂ ਬਿਨਾਂ ਪੂਰੇ ਪਰਮੇਸ਼ਵਰ ਤੋਂ ਬਿਨਾਂ ਹਰ ਬੰਦਾ ਦੁਖੀ ਬੰਦੇ ਦੇ ਜਜ਼ਬਾਤਾਂ ਨਾਲ ਖੇਡਣ ਵਾਲਾ ਹੈ ਦੁਖੀ ਬੰਦੇ ਦੀ ਜੇਬ ਵੇਖਦਾ ਕਿ ਤੂੰ ਮੈਨੂੰ ਕੀ ਮੱਥਾ ਟੇਕ ਕੇ ਜਾਏਗਾ ਕੀ ਦੇ ਕੇ ਜਾਏਗਾ ਉਸ ਵਕਤ ਅਕਬਰ ਮਨ ਭਰ ਕੇ ਕਹਿਣ ਲੱਗਿਆ ਇੱਕ ਵੀ ਹੈ ਨੀ ਕੋਈ ਐਸਾ ਐਨਿਆਂ ਨੂੰ ਮੱਥੇ ਟੇਕੇ ਚਾਦਰਾਂ ਚੜ੍ਹਾਈਆਂ ਸ਼ੀਰ ਦੀਆਂ ਵੱਡੀਆਂ ਸੋਨੇ ਦੀਆਂ ਚੀਜ਼ਾਂ ਭੇਟ ਕੀਤੀਆਂ ਸੋਨੇ ਦੇ ਚੌਲ ਭੇਟ ਕੀਤੇ ਸੋਨੇ ਦੀਆਂ ਖੜਾਵਾਂ ਭੇਟ ਕੀਤੀਆਂ ਕੋਈ ਇੱਕ ਤੇ ਖੜ ਜਾਂਦਾ ਅੱਗੇ ਇਹਦਾ ਮਤਲਬ ਪੀਰ ਪੈਗੰਬਰ ਕੋਈ ਵੀ ਇਹਨਾਂ ਜੰਗੀ ਯੋਧਿਆਂ ਦੇ ਸਾਹਮਣੇ ਖੜ ਜਾ ਕੋਈ ਆ ਕੇ ਬਹੁੜਿਆ ਨਹੀਂ ਸੁਣ ਕੇ ਸਭ ਲੱਗੇ ਵਿਚਾਰਨ ਕੋ ਕਰਨ ਜਦੋਂ ਇਹ ਬਾਦਸ਼ਾਹ ਨੇ ਗੱਲ ਆਖੀ ਚੁੱਪ ਹੋ ਗਿਆ ਕਿ ਸਾਰੇ ਚੁੱਪ ਹੋ ਗਏ ਕੋਈ ਬੋਲਿਆ ਹੀ ਨਾ ਕਿਉਂਕਿ ਹਰ ਬੰਦਾ ਆਪਣੀ ਸੋਚ ਦੇ ਘੋੜੇ ਕਰੋ ਕਿਹੜੇ ਬਾਬੇ ਦੀ ਗੱਲ ਬਾਬਿਆਂ ਬਾਰੇ ਤੁਸੀਂ ਬੜਿਆਂ ਨੂੰ ਜਾਣਦੇ ਹੋ ਕਿਸੇ ਭੈਣ ਦੇ ਕੋਲ ਬਹਿ ਕੇ ਗੱਲ ਕਰ ਲਾ ਉਹ ਕਹਿੰਦੀ ਪੰਜ ਸੱਤ ਨੂੰ ਤੇ ਮੈਂ ਵੀ ਜਾਣਦੀ ਹਾਂ ਵੀ ਉਹਨੇ ਉਹਦਾ ਕੰਮ ਕੀਤਾ ਫਲਾਣੇ ਕਿਸੇ ਭਾਈ ਇਹ ਤਾਂ ਵੇਖੋ ਆਪਾਂ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਪਰ ਮੈਨੂੰ ਇੰਨਾ ਪਤਾ ਫਲਾਣਾ ਬੰਦਾ ਗੱਲ ਕਰਦਾ ਉਹਨੂੰ ਉਠਾ ਕੇ ਘੋੜੇ ਕਿਹਾ ਚੱਕ 10,000 ਰੁਪਈਆ ਗਰੰਟੀ ਕਰਨਾ ਤੇਰਾ ਬਾਬਾ ਕੰਮ ਕਰ ਦੂ ਕਹਿੰਦਾ ਵੇਖੋ ਜੀ ਗਰੰਟੀ ਗਰੁੰਟੀ ਕੋਈ ਨੀ ਤੁਹਾਡੀ ਆਪਣੀ ਸ਼ਰਧਾ ਫਲਾਣੀ ਦਾ ਤਾਂ ਹੋ ਗਿਆ ਸੀ ਅਕਬਰ ਬਾਦਸ਼ਾਹ ਕੋਲ ਬੈਠਾ ਕੋਈ ਜ਼ਿੰਮੇਵਾਰੀ ਚੁੱਕਦਾ ਹੀ ਹੈ ਜੀ ਵੀ ਕਿਵੇਂ ਕਹਿ ਦਈਏ ਬਾਦਸ਼ਾਹ ਵੀ ਫਲਾਣਾ ਬਾਬਾ ਫਲਾਣਾ ਸਾਧ ਫਲਾਣਾ ਸੰਤ ਤੁਹਾਡਾ ਕੰਮ ਕਰ ਦੂ ਕਿਉਂਕਿ ਹੁਣ ਤੱਕ ਬਾਦਸ਼ਾਹ ਨੇ ਸੋਨੇ ਦੀਆਂ ਕਮਾਨਾਂ ਚੜ੍ਹਾ ਕੇ ਵੇਖ ਲਈਆਂ ਖਵਾਜੇ ਦੀ ਥਾਂ ਤੇ ਜਾ ਕੇ ਮੱਥਾ ਟੇਕ ਕੇ ਵੇਖ ਲਿਆ ਜੀ ਮੇਰੇ ਸ਼ਰੀਰ ਤੋਂ ਵੱਡਾ ਤੇ ਮੰਨਦਾ ਹੀ ਨਹੀਂ ਸੀ ਉਹ ਕਿਸੇ ਕਿਉਂਕਿ ਬੋਲ ਸੀ ਤਾਂ ਮੁਸਲਮਾਨ ਸੀ ਇਹਦੇ ਜੇ ਉਹਨਾਂ ਤੋਂ ਕੁਛ ਨਹੀਂ ਹੋਇਆ ਤੇ ਹੋਰ ਕਿਸੇ ਨੇ ਕੀਤਾ ਹਰ ਬੰਦਾ ਬਾਦਸ਼ਾਹ ਦੇ ਗੁੱਸੇ ਤੋਂ ਡਰਦਾ ਹੈ ਕੱਲ ਇਹ ਨਾ ਹੋਵੇ ਮੈਂ ਬਾਦਸ਼ਾਹ ਨੂੰ ਕਿਸੇ ਕੋਲ ਲੈ ਕੇ ਜਾਵਾਂ ਤੇ ਅੱਗੋਂ ਬਚਨ ਨਿਕਲੇ ਝੂਠਾ ਤੇ ਬਾਦਸ਼ਾਹ ਬਾਅਦ ਚੋਂ ਮੈਨੂੰ ਮਾਰੇ ਨਾ ਵੀ ਤੂੰ ਮਾੜੇ ਸਮੇਂ ਤੇ ਮੇਰੇ ਨਾਲ ਮਸ਼ਕਰੀ ਕੀਤੀ ਹੈ ਇਸ ਕਰਕੇ ਡਰਦਾ ਕੋਈ ਬੋਲਦਾ ਨਹੀਂ ਕੋ ਪੀਰ ਬਤਾਵਾ ਮੁੱਲਾਂ ਬੈਠੇ ਸੀ ਕੋਲੇ ਅਕਬਰ ਦੇ ਪਾਸ ਮੌਲ ਬੜੇ ਤੰਤਰ ਮੰਤਰ ਜਾਣ ਦੇ ਬਾਦਸ਼ਾਹ ਨੇ ਉਹਨਾਂ ਵੱਲ ਵੇਖਿਆ ਉਹ ਕਹਿੰਦੇ ਬਾਦਸ਼ਾਹ ਇੱਕ ਫਲਾਣਾ ਪੀਰ ਆ ਦਿੱਲੀ ਰਹਿੰਦਾ ਬਾਦਸ਼ਾਹ ਕਹਿੰਦੇ ਤਖ਼ਤ ਨਹੀਂ ਉਹਦੇ ਕੋਲ ਵੇਖੋ ਜਿੰਨੇ ਆ ਸਾਧ ਸੰਤ ਤੁਰੇ ਫਿਰਦੇ ਮਾਫ਼ ਕਰਿਓ ਪੂਰੇ ਸਭ ਦੀ ਗੱਲ ਨਹੀਂ ਮੈਂ ਕਰਦਾ ਪਖੰਡੀਆਂ ਦੀਆਂ ਇਹ ਕਿਉਂ ਭੱਜੇ ਫਿਰਦੇ ਸਰਕਾਰਾਂ ਕੋਲ ਇਹਨਾਂ ਨੂੰ ਪਤਾ ਵੀ ਜੇ ਕਿਸੇ ਸਰਕਾਰ ਹਕੂਮਤ ਦੇ ਵਿਰੁੱਧ ਬੋਲੇ ਅਗਲਿਆਂ ਨੇ ਜਲੂਸ ਕੱਢ ਕੇ ਰੱਖ ਲੈਣਾ ਆ ਹੁਣ ਸਿੱਖ ਕੌਮ ਇਲੈਕਸ਼ਨ ਵਾਲੇ ਪਾਸੇ ਤੁਰੀ ਗਿਆ ਸੱਚੀ ਦੱਸਿਓ ਜੀ ਹਲਕਾ ਖਡੂਰ ਸਾਹਿਬ ਚ ਕਿੰਨੇ ਚਿੱਟੀ ਕੁਰਤੀ ਵਾਲੇ ਵੱਲ ਤੁਰੇ ਨਿਕਲਿਆ ਕੋਈ ਕਿੱਥੇ ਨੇ ਚਿੱਟੀਆਂ ਸਿੱਖਾਂ ਅੱਗੇ ਪਿੱਛੇ ਫਿਰਨ ਵਾਲੀਆਂ ਧਰਮ ਦੀਆਂ ਗੱਲਾਂ ਕਰਨ ਵਾਲਾ ਕੋਈ ਖੜਿਆ ਕਿ ਕੋਈ ਬੋਲਦਾ ਸਭ ਨੂੰ ਪਤਾ ਬੋਲਾਂਗੇ ਟੰਗੇ ਜਾਵਾਂਗੇ ਸਾਨੂੰ ਕੀ ਲੋੜ ਪਈ ਆਪਾਂ ਕਿਉਂ ਬੋਲੀਏ ਕਿਉਂਕਿ ਆਪਾਂ ਤੇ ਕਣਕ ਝੋਨਾ ਇਕੱਠਾ ਕਰਨ ਵਾਸਤੇ ਜਾਂਦੇ ਹਾਂ ਵੀ ਜੇ ਕਣਕ ਕਿਸਾਨਾਂ ਦੀ ਕਣਕ ਆ ਜਾਏਗੀ ਉਦੋਂ ਲੈ ਕੇ ਗੱਡੀ ਤੁਰ ਪਾਂਗੇ ਜੇ ਦਿਨ ਫਲਾਣਾ ਸਮਾਂ ਆ ਗਿਆ ਮੰਗਣ ਤੁਰ ਪਾਂਗੇ ਅੱਜ ਕੌਣ ਖੜਾ ਪੰਥ ਨਾਲ ਲੋਕ ਖੜੇ ਗਏ ਸੰਗਤ ਖੜਦਾ ਕੋਈ ਨਾ ਕਿੰਨੇ ਡੇਰੇ ਆ ਜੀ ਬਾਅਦ ਚ ਜਾ ਕੇ ਪਤਾ ਤੇ ਕਰੋ ਪੰਜਾਬ ਦੇ ਵਿੱਚ 13,000 ਪਿੰਡ ਹੈ 12,700 ਕੁਛ ਪਿੰਡ ਆਉਂਦੇ ਗਿਣਤੀ 10,472 ਡੇਰੇ ਨੇ ਪੰਜਾਬ ਚ ਤੁਸੀਂ ਇਹ ਵੇਖ ਲਓ ਵੀ ਕਿਹੜਾ ਪਿੰਡ ਬਚਿਆ ਕੌਣ ਖੜਦਾ ਕੀ ਇਹਦਾ ਮਤਲਬ ਪਖੰਡ ਦਾ ਹੀ ਘਰ ਸਾਰਾ ਕੁਛ
ਹੈ ਕੋਈ ਕਿਸੇ ਨੂੰ ਨਹੀਂ ਨਾ ਉਸ ਵਕਤ ਬਾਦਸ਼ਾਹ ਕਹਿੰਦਾ ਰਹਿਣ ਦਿਓ ਵੀ ਐਵੇਂ ਨਹੀਂ ਕਿਉਂਕਿ ਹਕੂਮਤਾਂ ਨੂੰ ਪਤਾ ਹੁੰਦਾ ਕਿਹੜਾ ਬ੍ਰਹਮ ਗਿਆਨੀ ਹੈ ਤੇ ਕਿਹਦੇ ਪੱਲੇ ਦੀ ਆਖ ਇਸੇ ਕਰਕੇ ਰਾਜੇ ਮਹਾਰਾਜੇ ਭੱਜੇ ਫਿਰਦੇ ਹੁੰਦੇ ਉਹੋ ਜਿਹੇ ਬਾਬਿਆਂ ਸਾਧਾਂ ਪਖੰਡੀਆਂ ਦੇ ਕੋਲ ਜਾਣਦੇ ਹੁੰਦੇ ਆ ਵੀ ਜੇ ਫਲਾਣਾ ਬਾਬਾ ਆਹ ਕੰਮ ਨਹੀਂ ਕਰਦਾ ਸਾਨੂੰ ਪਤਾ ਉਹਦੀ ਚਾਬੀ ਕਿੱਥੇ ਹੈ ਕਿਵੇਂ ਸੂਟ ਕਰਨਾ ਕਿੰਨੀ ਪ੍ਰੋਪਰਟੀ ਨਜਾਇਜ਼ ਹੈ ਤੇ ਕਿੰਨੇ ਪਾਪ ਕੀਤੇ ਆ ਖੋਲੀਏ ਫੋਟੋ ਭੱਜੇ ਫਿਰਦੇ ਯਾਰ ਅਗਲੇ ਉਸ ਵਕਤ ਇਲੈਕਸ਼ਨ ਦੇ ਟਾਈਮ ਤੇ ਪਰ ਉਸ ਵਕਤ ਅਕਬਰ ਨੇ ਸਿਰ ਹਿਲਾਇਆ ਵੀ ਨਹੀਂ ਉਹਨਾਂ ਕੋਲ ਕੁਛ ਨਹੀਂ ਕਿਸੇ ਨੇ ਦੱਸਿਆ ਵੀ ਫਲਾਣੀ ਧਰਤੀ ਤੇ ਇੱਕ ਮੁਸਲਮਾਨ ਪੀਰ ਬੈਠਾ ਜੀ ਉਹ ਇਹ ਕਰ ਦਿੰਦਾ ਅਕਬਰ ਕਹਿੰਦਾ ਉਹਦੀ ਭਰੋਸਾ ਕਿਉਂਕਿ ਸਮੇਂ ਦੀਆਂ ਹਕੂਮਤਾਂ ਨੂੰ ਸਭ ਦਾ ਪਤਾ ਉਹ ਕਹਿੰਦਾ ਕੋਈ ਐਸਾ ਦੱਸੋ ਜਿਹੜਾ ਦਾਅਵੇ ਨਾ ਕਰਦਾ ਹੋਵੇ ਸਤਨਾਮ ਦਾਵਾ ਕੀ ਹੁੰਦਾ ਇਕੱਲੇ ਆਉਣੇ ਵੀ ਬਸ ਮੈਂ ਤੈਨੂੰ ਕਹਿਤਾ ਵੀ ਮੇਰਾ ਵਚਨ ਪੂਰਾ ਹੋ ਜਾਊਗਾ ਪਰ ਨਾਲੇ ਵੀ ਕਹਿ ਦੇਣਾ ਸ਼ਰਤਾਂ ਰੱਖੀ ਹੁਣ ਜੇ ਵਚਨ ਸਾਧਾ ਪਖੰਡੀ ਦਾ ਪੂਰਾ ਨਾ ਹੋਇਆ ਉਹਨੇ ਕਹਿਣਾ ਵੇਖ ਬਾਈ ਤੇਰੇ ਮਨ ਚ ਕੋਈ ਹੇਰ ਫੇਰ ਆ ਗਈ ਤੇਰੀ ਸ਼ਰਤਾਂ ਚ ਕਮੀ ਰਹਿ ਗਈ ਸਾਡੇ ਵੱਲੋਂ ਤੇ ਕੰਮ ਪੱਕਾ ਹੀ ਸੀ ਤੇ ਜੇ ਕੰਮ ਹੋ ਗਿਆ ਫਿਰ ਕਹਿੰਦਾ ਸਾਡੀ ਕਿਰਪਾ ਸਮਾਜ ਇਹਦੇ ਵਿੱਚ ਵਿਚਕਾਰ ਜੀ ਰਿਹਾ ਪੜਿਆ ਨੇ ਬੜਾ ਕੁਝ ਦੱਸਿਆ ਅਕਬਰ ਬਾਦਸ਼ਾਹ ਨੇ ਮਨਾ ਕਰਤਾ ਕਹਿੰਦਾ ਨਹੀਂ ਮੈਂ ਹੁਣ ਰਿਸਕ ਨਹੀਂ ਲੈਣਾ ਖਤਰਾ ਮੁੱਲ ਨਹੀਂ ਲੈਣਾ ਮੈਨੂੰ ਤੇ ਕੋਈ ਸੱਚਾ ਬੰਦਾ ਚਾਹੀਦਾ ਜੋ ਜ਼ਿੰਮੇਵਾਰੀ ਚੁੱਕਦਾ ਹੋਵੇ ਕਹਿਣ ਲੱਗਿਓ ਇਸਤੇ ਪੇਪੜੇ ਰਿਥਮ ਮਨਾਏ ਪੀਰ ਕਨੇਰੇ ਉਸੇ ਵਕਤ ਅਕਬਰ ਨੇ ਕਹਿਤਾ ਤੇ ਛੋਟੇ ਛੋਟੇ ਜੇ ਆ ਮੈਂ ਤੇ ਕਹਿੰਦਾ ਵੱਡੇ ਵੱਡੇ ਮਨਾ ਲਏ ਅਜਮੇਰ ਸ਼ਰੀਫ ਹੁੰਦਾ ਉਹਨਾਂ ਦੇ ਖਵਾਜਾ ਸ਼ਰੀਫ ਮੱਕੇ ਦੇ ਹਾਜ਼ੀਆਂ ਨੂੰ ਧਨ ਦੌਲਤ ਮੈਂ ਭੇਟਾ ਕਰਕੇ ਵੇਖ ਲਈ ਵੀ ਚੱਲ ਕਿਤੇ ਤੇ ਕੁਛ ਬਣੇ ਕਹਿੰਦਾ ਜਦ ਵੱਡਿਆਂ ਤੋਂ ਕੁਝ ਨਹੀਂ ਹੋਇਆ ਛੋਟਿਆਂ ਕਰਨਾ ਕੀ ਹੈ ਬਾਦਸ਼ਾਹ ਕੋਲ ਡਾਂਗ ਆ ਇਸ ਕਰਕੇ ਕੋਈ ਨੀ ਕਹਿੰਦਾ ਵੀ ਤੇਰੀ ਸ਼ਰਧਾ ਤੱਕ ਹੋ ਗਈ ਤੇਰਾ ਮਨ ਤਿਲਕ ਗਿਆ ਹੋਣਾ ਇਹ ਗੱਲਾਂ ਬੰਦੇ ਕਿਹਦੇ ਕੋਲ ਕਰਦੇ ਆ ਹਰ ਬੰਦਾ ਨਾ ਬੰਦੇ ਦੀ ਲਿਆਕਤ ਵੇਖ ਕੇ ਗੱਲ ਕਰਦਾ ਜੇ ਤਕਰੀਬਣਾ ਜਾਊ ਕਹਿੰਦਾ ਵੇਖ ਭਾਈ ਤੇਰੀ ਸ਼ਰਧਾ ਚ ਕਮੀ ਹੋਣੀ ਤੇਰੀ ਸੇਵਾ ਚ ਕਮੀ ਹੋਣੀ ਤੇ ਜੇ ਡਾਂਗ ਵਾਲਾ ਹੋਵੇ ਉਹਨੂੰ ਕੋਈ ਨੀ ਕਹਿੰਦਾ ਉਹ ਕਹਿੰਦਾ ਨਹੀਂ ਫਿਰ ਬਾਬੇ ਕੋਲ ਕੁਛ ਨਹੀਂ ਹੋਣਾ ਤੂੰ ਠੀਕ ਹੈ ਅਕਬਰ ਬਾਦਸ਼ਾਹ ਨੂੰ ਕਹਿੰਦੇ ਬਾਦਸ਼ਾਹ ਸਲਾਮਤ ਸਾਡੀ ਨਜ਼ਰ ਚ ਤੇ ਇਹੀ ਸੀ ਬਾਦਸ਼ਾਹ ਕਹਿੰਦਾ ਮੈਂ ਸਭ ਨੂੰ ਮਨਾ ਕੇ ਵੇਖਿਆ ਮੇਰਾ ਕਿਸੇ ਨੇ ਕਾਰਜ ਰਾਸ ਨਹੀਂ ਕੀਤਾ ਹੁਣ ਤੇ ਮੇਰਾ ਮਨ ਇਹ ਕਹਿੰਦਾ ਹੈ ਵੀ ਮਨਾ ਐਸੀ ਬਦਨਾਮੀ ਨਾਲੋਂ ਇੱਕ ਦਿਨ ਤੈਨੂੰ ਮਰਨਾ ਹੀ ਪੈਣਾ ਮਰਨ ਤੇ ਗੱਲ ਪਰ ਕੋਈ ਐਸਾ ਲੱਭ ਕੇ ਦਿਓ ਜਿਹੜਾ ਹਿੱਕ ਟੋਕ ਕੇ ਆਖੇ ਵੀ ਬਾਦਸ਼ਾਹ ਤੇਰਾ ਕਿਲਾ ਫੁਲਾਰੇ ਦਿਨ ਟੁੱਟ ਜਾਏਗਾ ਕਹਿੰਦੇ ਹੀ ਸੀ ਕਿਸੇ ਨੇ ਭਵਿੱਖਬਾਣੀ ਕੀਤੀ ਹੋਏ ਸੀ ਆ ਤੁਹਾਨੂੰ ਬੜੇ ਮਿਲਣਗੇ ਕਿ ਅੱਜ ਕੋਈ ਜੋਤਿਸ਼ ਦੀਆਂ ਗੱਲਾਂ ਕਿਸੇ ਦੀਆਂ ਭਵਿੱਖਬਾਣੀਆਂ ਕਰਦੇ ਫਿਰਦੇ ਬੰਦੇ ਨੂੰ ਪਤਾ ਵੀ ਘੜੀ ਬਾਅਦ ਕਿਸੇ ਨੇ ਬਾਅਦ ਢਾਕੇ ਉੱਡਣ ਕਰਦਾ ਤੂੰ ਭਵਿੱਖਬਾਣੀ ਦੱਸਦਾ ਕੋਈ ਨਹੀਂ ਨਾ ਲੋਕਾਂ ਨੂੰ ਜੋ ਮਰਦੀ ਜੱਬੜੀਆਂ ਛੱਡੀ ਤੇ ਲੋਕ ਹੱਥ ਜੋੜ ਕੇ ਹਾਂਜੀ ਹਾਂਜੀ ਕਰੀ ਜਾ ਪਰ ਬਾਦਸ਼ਾਹ ਦੇ ਸਾਹਮਣੇ ਹੁਣ ਸਾਰੇ ਚੁੱਪ ਹੋ ਗਏ ਵੀ ਜਿਹੜੀ ਗੱਲ ਕਰੋ ਬਾਦਸ਼ਾਹ ਸਪਸ਼ਟ ਕਹਿ ਦਿੰਦਾ ਵੀ ਇਹਨਾਂ ਕੋਲੇ ਕੀ ਆ ਉਹਨਾਂ ਕੋਲੇ ਕੀ ਹੈ ਮੈਨੂੰ ਤੇ ਗਰੰਟੀ ਚਾਹੀਦੀ ਹੈ ਦੇ ਸਕਦਾ ਗਰੰਟੀ ਕੋਈ ਦੁਨੀਆਂ ਤੇ ਜੰਮੇ ਹੈ ਕਿਸੇ ਦੇ ਮਰਨ ਦੀ ਗਰੰਟੀ ਦਿੰਦਾ ਵੀ ਫਲਾਣੇ ਦਿਨ ਫਲਾਣਾ ਬੰਦਾ ਮਰ ਜੂ ਮੈਂ ਲੇਟੇ ਦਿੰਦਾ ਵੀ ਉਹ ਨਹੀਂ ਮਰਿਆ ਪਰ ਮੈਨੂੰ ਮਰ ਦਿਓ ਸਭ ਧਰਮ ਦੇ ਛਲਾਵੇ ਹਨ ਗੁਰ ਘਰ ਕੋ ਇੱਕ ਸਿੱਖ ਮਹਾਨ ਇਸੇ ਸਭਾ ਦੇ ਵਿੱਚ ਇੱਕ ਗੁਰੂ ਨਾਨਕ ਦੇ ਘਰ ਦਾ ਸਿੱਖ ਬੈਠਾ ਸੀ ਚੰਗੇ ਰੁਤਬੇ ਦੇ ਉਹਦੇ ਮਨ ਚ ਆਇਆ ਵੀ ਬਾਦਸ਼ਾਹ ਵਾਰ ਵਾਰ ਕਹਿੰਦਾ ਕੋਈ ਪੀਰ ਨੀ ਕੋਈ ਫਕੀਰ ਨੀ ਕੋਈ ਸਾਧ ਨੀ ਕੋਈ ਸਾਧ ਨੀ
ਵੀ ਮੈਨੂੰ ਲੱਗਦਾ ਇਹਨੂੰ ਗੁਰੂ ਘਰ ਬਾਰੇ ਪਤਾ ਹੀ ਨਹੀਂ। ਮੈਂ ਕਹਾਂ ਜੀ ਫਲਾਣਾ ਕਿ ਦੁਨੀਆਂ ਤੇ ਪੜ੍ਹਿਆ ਲਿਖਿਆ ਨੀ, ਕਿਸੇ ਨੂੰ ਅਕਲ ਨੀ, ਜ਼ਰੂਰੀ ਨੀ ਵੀ ਕਿਸੇ ਨੂੰ ਅਕਲ ਨੀ, ਇਹ ਵੀ ਹੋ ਸਕਦਾ ਵੀ ਮੈਨੂੰ ਲੋਕਾਂ ਬਾਰੇ ਪਤਾ ਹੀ ਨਾ ਹੋ, ਮੈਂ ਦੁਨੀਆਂ ਵੇਖੀ ਉਹ ਨਾ ਹੋਵੇ, ਮੈਨੂੰ ਸਮਝੇ ਨਾ ਹੋਵੇ। ਉਹ ਸਿੱਖ ਚੁੱਪ ਰਿਹਾ, ਸੁਣੀ ਗਿਆ ਸਭ ਦੀਆਂ, ਵੇਖੀ ਗਿਆ ਵੀ ਕਰ ਕੀ ਰਹੇ ਆ, ਪਰ ਅਕਬਰ ਬਾਦਸ਼ਾਹ ਕਹਿੰਦਾ ਇੱਥੇ ਹੈ ਹੀ ਕੋਈ ਜਿਹਦੇ ਕੋਲ ਸੱਚੀ ਕਲਾਮਾਤ ਹੋਵੇ। ਪਰ ਇੱਥੇ ਇਤਿਹਾਸ ਵਿੱਚ ਸਿੱਖ ਦਾ ਵਰਣਨ ਆਇਆ, ਮਹਿਮਾ ਪ੍ਰਕਾਸ਼ ਕਰੀਏ ਤਵਾਰੀ ਗੁਰੂ ਖਾਲਸਾ ਬਣੀਏ। ਉਹਨਾਂ ਵਿੱਚ ਜ਼ਿਕਰ ਆਇਆ ਹੈ ਵੀ ਜਿਹੜਾ ਲਾਹੌਰ ਦਾ ਸੂਬਾ ਸੀ ਉਹ ਗੁਰੂ ਨਾਨਕ ਦੇ ਘਰ ਦੇ ਟੱਚ ਵਿੱਚ ਹੀ ਰਹਿੰਦਾ ਸੀ। ਲਾਹੌਰ ਵਾਲੇ ਗੁਰੂ ਘਰ ਦੀ ਬੜੀ ਵਡਿਆਈ ਜਾਣਦੇ ਸੀ, ਕਹਿੰਦੇ ਸੂਬੇ ਨੇ ਕਿਹਾ ਸੀ ਬਾਦਸ਼ਾਹ ਇੱਕ ਵਾਰੀ ਮੇਰੇ ਕਈ ਤੋਂ ਲਾ ਕੇ ਦੇ, ਪਰ ਇੱਥੇ ਕਦੀ ਵੀ ਨੇ ਜ਼ਿਕਰ ਕੀਤਾ ਇੱਕ ਸਿੱਖ ਦਾ। ਕਹਿੰਦੇ ਉਹ ਸਿੱਖ ਵੱਡਾ ਅਹਿਲਕਾਰ ਸੀ, ਮਤਲਬ ਚੰਗੀ ਰੁਤਬੇ ਤੇ ਬੈਠਾ ਸੀ ਬਾਦਸ਼ਾਹ ਕੋਲੇ, ਜੇ ਪੰਡਤ ਬੈਠੇ ਰੁਤਬੇ ਤੇ ਮੁਸਲਮਾਨ ਮੂਮਨ ਬੈਠੇ ਆ ਤੇ ਸਿੱਖ ਵੀ ਹੈ, ਸਿੱਖ ਦੇ ਮਨ ਚ ਤਰਸ ਆਇਆ। ਬਾਦਸ਼ਾਹ ਦੀ ਢਿੱਲੀ ਜੀ ਸ਼ਕਲ ਵੇਖ ਕੇ ਨਾ, ਉਹਦੀਆਂ ਅੱਖਾਂ ਭਰੀਆਂ ਵੇਖ, ਸਿੱਖ ਦਾ ਮਨ ਅੰਦਰੋਂ ਪਿਘਲ ਗਿਆ ਏ। ਸਹਿਤ ਸੰਦੇਹੋ ਕਹਿਣ ਕੋ ਹੋਏ, ਇਹੋ ਹੈ ਤੁਰਕ ਸ਼ਰਧਾਲੂ ਨਾ ਕੋਈ। ਇੱਥੇ ਜ਼ਿੰਮੇਵਾਰੀ ਚੁੱਕਣੀ ਪੈਣੀ ਹੈ, ਗੱਲਾਂ ਨਾਲ ਨਹੀਂ ਸਰਦਾ ਵੀ ਫਲਾਣੀ ਤਾਂ ਮੱਥਾ ਟੇਕਾ ਠੀਕ ਹੋ ਗਿਆ ਠੀਕ ਨਹੀਂ ਨਾ, ਇਹ ਕਹਿਣਾ ਪੈਣਾ ਉੱਠ ਕੇ ਵੀ ਬਾਦਸ਼ਾਹ ਮੈਂ ਜ਼ਿੰਮੇਵਾਰ ਹਾਂ, ਇੱਕ ਵਾਰੀ ਜਾ ਕੇ ਵੇਖ ਤੇਰਾ ਕੰਮ ਨਾ ਸਰਦੀ ਹੋਇਆ ਤੇ ਜ਼ਿੰਮੇਵਾਰੀ ਚੁੱਕਣੀ ਸੌਖੀ ਥੋੜਾ ਹੁੰਦੀ ਹੈ। ਸਿੱਖ ਦੇ ਮਨ ਚ ਆਇਆ ਵੀ ਗੁਰੂ ਨਾਨਕ ਦਾ ਘਰ ਸਾਰਿਆਂ ਦਾ ਸਾਂਝ ਹੈ, ਪਰ ਬਾਦਸ਼ਾਹ ਤੇ ਮੁਗਲ ਹੈ, ਇੱਕ ਕੱਟੜ ਮੁਸਲਮਾਨ ਹੈ, ਐਵੇਂ ਮੈਨੂੰ ਕਹਿ ਬੈਠਾ ਹੀ ਜਾਵੇ ਨਾ, ਹੋ ਸਕਦਾ ਹੈ ਮੱਥਾ ਟੇਕਣਾ ਪਸੰਦ ਹੀ ਨਾ ਕਰੇ, ਕੁਝ ਮੰਦਾ ਚੰਗਾ ਬੋਲ ਨਾ ਦੇਵੇ। ਹੋਰ ਘਰ ਪਰ ਕਿਮ ਸਿਦਕ ਧਰੇ ਹੈ, ਜਿਹਦੇ ਨਮਰ ਕਿਮ ਸੀਸ ਕਰੇ ਹੈ। ਸਿੱਖ ਦੇ ਮਨ ਵਿੱਚ ਦਇਆ ਤੇ ਆ ਰਹੀ ਹੈ, ਤਰਸ ਵੀ ਆਉਂਦਾ, ਪਰ ਇਹ ਸੋਚਦਾ ਵੀ ਇਹ ਮੁਸਲਮਾਨ ਕੱਟੜ ਹੈ, ਇਹਦੇ ਕੋਲ ਮੁੱਲਾਂ ਬੈਠੇ ਆ, ਕਾਜੀ ਬੈਠੇ ਆ, ਜੇ ਇਹਨੇ ਗੁਰੂ ਘਰ ਤੇ ਸਿਰ ਕੀ ਨਾ ਰੱਖਿਆ, ਭਰੋਸਾ ਹੀ ਨਾ ਕੀਤਾ ਜਾਏ। ਮੈਨੂੰ ਇੰਨਾ ਪਤਾ ਵੀ ਆਹ ਜਿਹੜੀਆਂ ਗੱਲਾਂ ਜਿਹੀਆਂ ਬਾਦਸ਼ਾਹ ਕਰਦਾ ਤੇ ਤੁੱਛ ਕਰਨਾ, ਤੁੱਛ ਤੱਕ ਵੀ ਹੈ ਗੁਰੂ ਨਾਨਕ ਦੇ ਘਰ ਦੇ, ਪਰ ਜੇ ਇਹਦਾ ਸਿਰਕ ਨਾ ਹੋਇਆ, ਭਰੋਸਾ ਨਾ ਹੋਇਆ, ਇਹਨੇ ਗੱਲ ਮੰਨੀ ਹੀ ਨਾ, ਇਹਦਾ ਭਲਾ ਹੋਣਾ ਕਿੱਥੋਂ ਹੈ। ਸਿੱਖ ਦੇ ਮਨ ਚ ਆਉਂਦਾ ਸੀ ਜਿਹੜਾ ਗੁਰੂ ਅੱਗੇ ਝੁਕੇ ਉਹ ਵਡਿਆਈ ਪਾਉਂਦਾ, ਜਿਹੜਾ ਸਤਿਗੁਰਾਂ ਦੇ ਦਰ ਤੇ ਆ ਕੇ ਨਿਵੇ ਉਹ ਮਾਣ ਪਾਉਂਦਾ। ਜਿਹਨੂੰ ਬਾਣੀ ਨੇ ਲਿਖਿਆ ਨਿਵੇ ਸੁਧ ਆਉਂਦਾ ਹੋਵੇ, ਜਿਹੜਾ ਨੀਵਾਂ ਹੋ ਕੇ ਚੱਲੇ, ਮਿੱਠ ਕਰੀ ਵੀ ਨਾਨਕਾ ਗੁਣ ਗਿਆਰੀਆਂ ਤੱਕ ਵੀ ਇਹ ਬਾਦਸ਼ਾਹ ਇਹਨੂੰ ਲੋਕ ਸਲਾਮਾਂ ਕਰਦੇ ਆ, ਪੀਰ ਫਕੀਰ ਇਹਦੇ ਅੱਗੇ ਪਿੱਛੇ ਤੁਰੇ ਫਿਰਦੇ ਆ, ਜੀ ਇਹਨੇ ਝੁਕੀ ਮੱਥਾ ਹੀ ਨਾ ਟੇਕਿਆ, ਹੰਕਾਰ ਹੀ ਲੈ ਕੇ ਗਿਆ, ਇਹਦਾ ਫਿਰ ਮੋਚਾ ਸਦੇ ਨਹੀਂ ਹੁੰਦਾ। ਜਿਹਦੇ ਆਪਣੇ ਮਨ ਨਾਲ ਗੱਲਾਂ ਕਰਦਾ ਸੀ, ਦੁਬਧਾ ਦੇ ਵਿੱਚ ਹੈ, ਦੱਸਾਂ ਜਾਂ ਨਾ ਦੱਸਾਂ ਸਭਾ ਖਤਮ ਹੋਈ। ਸਿੱਖ ਨੂੰ ਬੋਲਿਆ, ਸਾਰਾ ਦਿਨ ਸੋਚਦਾ ਰਿਹਾ, ਸਾਰੀ ਰਾਤ ਸੋਚਦਾ ਰਿਹਾ, ਲਗਾਤਾਰ 24 ਘੰਟੇ ਇਸੇ ਸ਼ਿਸ਼ੋ ਪੰਜ ਚ ਹੈ। ਬਾਦਸ਼ਾਹ ਨਾਲ ਗੱਲ ਕਰਾਂ ਕਿ ਨਾ, ਕਿਉਂ ਸੋਚਦਾ ਵੀ ਯਾਰ ਗੱਲ ਵੀ ਕਰਾਂ ਤੇ ਉਹਦੀ ਸ਼ਰਧਾ ਹੀ ਨਾ ਹੋਵੇ ਤੇ ਫਾਇਦਾ ਕੀ ਹੈ, ਉਹ ਜਾਵੇ ਹੀ ਨਾ, ਭਰੋਸਾ ਹੀ ਨਾ ਕਰੇ ਆ ਕੇ ਅਸੀਂ ਕੀ ਲੈਣਾ, ਅਸੀਂ ਤੇ ਮੰਨਦੇ ਨੀ, ਕੱਢਣ ਮੁਸਲਮਾਨ ਹੈ, ਕਿਸੇ ਨੂੰ ਨੀ ਮੰਨਦੇ। ਫਿਰ ਮਨ ਚ ਆਇਆ ਮਨਾ, ਉਹਦਾ ਮੰਨਣਾ ਨਾ ਮੰਨਣਾ ਇੱਕ ਪਾਸੇ, ਤੇਰਾ ਮਕਸਦ ਹੈ
ਦੁਖੀਏ ਦਾ ਦੁੱਖ ਨਹੀਂ ਝੱਲਣਾ ਹੋ ਸਕਦਾ। ਗੁਰੂ ਨੇ ਸਿਖਾਇਆ ਵੀ ਕੋਈ ਦੁਖੀ ਵੱਡਾ ਹੋਵੇ ਛੋਟਾ ਹੋਵੇ ਉਹਦਾ ਦੁੱਖ ਵੰਡਾਉਣਾ ਏ। ਇੱਕ ਵਾਰ ਮੈਂ ਇਸ ਕੋ ਕਹੂੰ ਸਤਗੁਰ ਕੋ ਪ੍ਰਤਾਪ ਜਸ ਲਹੂੰ। ਜੁੜਤ ਜਾਈ ਸੀ ਬਾਦਸ਼ਾਹ ਦੇ ਸਾਹਮਣੇ ਗੱਲ ਕਰਨ ਦੀ, ਸੋਚਿਆ ਸਿੱਖ ਨੇ ਫੈਸਲਾ ਕਰ ਲਿਆ, ਕਹਿੰਦਾ ਕੀ ਕਰੂੰ ਮਾਰੀ ਦੂਗਾ। ਇੱਕ ਵਾਰੀ ਬਾਦਸ਼ਾਹ ਦੇ ਭਲੇ ਵਾਸਤੇ ਗੱਲ ਕਰਕੇ ਤੇ ਵੇਖਾਂ ਬਾਦਸ਼ਾਹ, ਮਨ ਬਣਾ ਕੇ ਵੇਖ, ਗੱਲ ਮੰਨ ਕੇ ਵੇਖ, ਤੇਰਾ ਸਭ ਕੁਝ ਸਵਰ ਜਾਣਾ ਏ। ਇਸ ਕੇ ਭਲੇ ਭਾਗ ਲੋ ਮਨ ਨਾਹਿਤ ਪਾਵੇ ਕਸ਼ਟ ਮਹਾਨ। ਜਿੱਥੇ ਬਾਦਸ਼ਾਹ ਦੀ ਕਚਹਿਰੀ ਲੱਗੀ ਸੀ ਚੱਲ ਕੇ ਉੱਥੇ ਆ ਗਿਆ। ਹੁਣ ਗੱਲ ਬੜੀ ਸਿਆਣੀ ਸੋਚ ਲਈ, ਕਹਿੰਦਾ ਵੇਖ ਮੇਰਾ ਕੰਮ ਹੈ, ਮੇਰਾ ਫਰਜ਼ ਹੈ ਦੱਸਣਾ, ਮੰਨਣਾ ਨਾ ਮੰਨਣਾ ਉਹਦੇ ਆਪਣੇ ਚੰਗੇ ਮਾੜੇ ਕਰਨ। ਮੰਨ ਲਿਆ ਤੇ ਭਾਗ ਚੰਗੇ ਆ, ਨਹੀਂ ਮੰਨੂ ਤੇ ਉਹਦੇ ਮਾੜੇ ਕਰਨ। ਸੋਚ ਲਿਆ ਸੀ, ਮਤਲਬ ਆਪਣੇ ਆਪ ਤੇ ਦੋਸ਼ ਨਹੀਂ ਦਿੱਤਾ, ਉਹਨੇ ਕਿਹਾ ਮੇਰਾ ਫਰਜ਼ ਹੈ ਗੁਰੂ ਦੀ ਗੱਲ ਇਸ ਬਾਦਸ਼ਾਹ ਦੇ ਕੋਲ ਕਰਨੀ, ਕਿਸਮਤ ਜਗਾਉਣੀ ਨਾ ਜਗਾਉਣੀ ਉਹਦੇ ਆਪਣੇ ਹੱਥ। ਗੁਰੂ ਤਾਂ ਕਿਰਪਾ ਕਰਦਾ ਜੇ ਕੋਈ ਮਨ ਬਣਾਵੇ ਵੀ ਸਤਿਗੁਰੂ ਮੇਰੇ ਤੇ ਦਇਆ ਕਰੋ, ਮਰਦ ਮੈਨੂੰ ਸਿੱਧੇ ਰਾਹ ਪਾ ਦਿਓ, ਸੱਚੇ ਪਾਤਸ਼ਾਹ ਮੇਰੇ ਔਗਣ ਦੂਰ ਕਰ ਦਿਓ, ਮੈਨੂੰ ਸਮਝ ਦੇ ਦਿਓ, ਮੈਨੂੰ ਗਿਆਨ ਦੇ ਦਿਓ। ਤੇ ਗੁਰੂ ਕੋਲ ਆ ਕੇ ਆਖੇ ਮਰਦ ਮੈਨੂੰ ਤੇ ਲੋੜ ਨੀ ਜੀ ਕਿਸੇ ਬੀਜੀ ਦੀ, ਮੈਂ ਤੇ ਸਾਰਾ ਕੁਛ ਹੀ ਮੇਰੇ ਕੋਲ ਹੈਗਾ, ਫਿਰ ਕੀ ਕਰਨਾ ਗੁਰੂ ਨੇ। ਮੰਨਣਾ ਪੈਣਾ, ਨੀਵਾਂ ਹੋਣਾ ਪੈਣਾ। ਸਿੱਖ ਨੇ ਮਨ ਬਣਾ ਲਿਆ, ਉਹਨੇ ਕਿਸੇ ਨਾਲ ਗੱਲ ਨਾ ਕੀਤੀ, ਅਕਬਰ ਦੇ ਦਰਬਾਰ ਆਇਆ ਏ। ਮਨ ਵਿਚਾਰ ਕੇ ਚਿੱਤ ਦ੍ਰਿੜ ਕਰਕੇ ਸਾਰੇ ਬੈਠੇ ਸੀ, ਸਭ ਦੇ ਚਿਹਰਿਆਂ ਤੇ ਨਮੋਸ਼ੀ ਸੀ, ਕਿਉਂਕਿ ਕੁਛ ਮਿਲੇ ਨੀ ਰਿਹਾ ਸੋਲੂਸ਼ਨ, ਕਿਹੜੇ ਪਾਸੇ ਜਾਈਏ, ਜਿੱਤੀਏ ਕਿਵੇਂ ਜਿੱਤੀਏ, ਭੱਜੀਏ ਕਿਵੇਂ ਭੱਜੀਏ, ਅੱਜ ਨੀ ਕੱਲ ਇੱਕ ਦਿਨ ਤੇ ਮਰਨਾ ਹੀ ਪੈਣਾ ਨਾ, ਜਦੋਂ ਇਹ ਜਿੱਤੀ ਨੀ ਹੋ ਰਹੀ, ਬਰਬਾਦੀ ਤੇ ਹੈ। ਕਹਿੰਦੇ ਸਿਰਫ ਹੱਸਦੇ ਚਿਹਰੇ ਨਾਲ ਜਦੋਂ ਅੰਦਰ ਆਇਆ ਨਾ, ਉਹਦਾ ਹੱਸਦਾ ਚਿਹਰਾ ਵੇਖ ਬੜਿਆਂ ਨੂੰ ਖੁਸ਼ੀ ਹੋਈ। ਆਖੋ ਸਤਨਾਮ, ਇੱਕ ਹੱਸਣ ਵਾਲਾ ਚਿਹਰਾ ਪਤਾ ਨੀ ਕਿੰਨਿਆਂ ਨੂੰ ਖੁਸ਼ੀ ਦਿੰਦਾ, ਇੱਕ ਰੋਣੀ ਸੁਰਤ ਵਾਲਾ ਚਾਰ ਹੱਸਦਿਆਂ ਕੋਲ ਬਹਿ ਜਾ ਸਭ ਨੂੰ ਮੋਜਿਆ ਕਰ ਦਿੰਦਾ। ਕਹਿੰਦੇ ਗੁਰਸਿੱਖ ਅੰਦਰ ਆਇਆ, ਬਾਦਸ਼ਾਹ ਦੇ ਸਾਹਮਣੇ ਆ ਗਿਆ। ਅਕਬਰ ਬਾਦਸ਼ਾਹ ਨੇ ਵੇਖਿਆ ਹੱਸਦਾ ਚਿਹਰਾ, ਥੋੜਾ ਜਿਹਾ ਸਕੂਨ ਮਿਲ ਗਿਆ। ਕਹਿੰਦਾ ਦੱਸੋ ਭਾਈ ਹੈ ਤੇ ਆਹ ਲਾ ਰਹੀ ਹੈ, ਉਹਨੇ ਵੇਖਿਆ ਬੜੀ ਜੁਰਤ ਕਰਕੇ ਖੜੇ ਆ, ਦੂਜੇ ਵੀ ਵੇਖਦੇ ਆ ਡਰਦਾ ਹੀ ਹੈ ਨੀ, ਸਾਹਮਣੇ ਸਿਰ ਤਾਣ ਕੇ ਖੜ ਗਿਆ, ਇਹਨੂੰ ਕੀ ਹੋ ਗਿਆ, ਸਾਰੀ ਸਭਾ ਵੇਖਦੀ ਹੈ। ਪਰ ਤਸਲੀਮ ਸਮੁਖ ਕਰ ਨੈਣ ਸ਼ਹਿਨ ਸ਼ਾਨ ਸੁਣੋ ਮਮ ਬੈਨ। ਹੱਥ ਅੱਗੇ ਰੱਖ ਕੇ ਕਹਿੰਦਾ ਸਲਾਮਾਂ ਲੈ ਲਓ। ਬਾਦਸ਼ਾਹ ਖੁਸ਼ ਹੋ ਕੇ ਆਖਣ ਲੱਗੇ ਵਾਲੇਕੁਮ ਸਲਾਮ, ਸਲਾਮ ਵੀ ਆ ਖੁਸ਼ੀ। ਸਿੱਖ ਆਖਣ ਲੱਗਿਆ ਤਸਲੀ ਬਾਤ ਨਮਸਕਾਰ ਬਾਦਸ਼ਾਹ, ਜਹਾਂ ਆਪਣਾ ਇਹ ਸਿੱਖ ਦੇ ਸ਼ਬਦ ਸੀ, ਸ਼ਹਿਨਸ਼ਾਹ ਜੀਓ ਕਿਉਂ ਚਿੰਤਾ ਕਰਦੇ ਹੋ, ਨਿਮਕ ਤਮਾਰੋ ਨਿਮ ਨਿਤ ਖਾਤ ਭਲੋ ਚਹਿਤੇ ਹੈ ਕਿਤ ਦਿਨ ਰਾਤ। ਮੈਨੂੰ ਨਹੀਂ ਪਤਾ ਤੁਸੀਂ ਮੇਰੇ ਬਾਰੇ ਕੀ ਸੋਚਦੇ ਹੋ, ਕੀ ਸੋਚੋਗੇ, ਮੇਰਾ ਫਰਜ਼ ਹੈ ਬਾਦਸ਼ਾਹ ਸਲਾਮਤ ਮੈਂ ਤੁਹਾਡਾ ਨਮ ਦਿਖਾਉਣਾ, ਲੂਣ ਖਾਂਦਾ ਤੁਹਾਡਾ, ਤੇ ਜੇ ਲੂਣ ਖਾਧਾ ਏ
ਤੇ ਇਸ ਲੂਣ ਨੂੰ ਮੈਂ ਹਲਾਲ ਕਰਨਾ ਚਾਹੁੰਦਾ। ਜੋ ਮੈਨੂੰ ਪਤਾ ਮੈਂ ਦੱਸਣਾ ਚਾਹੁੰਦਾ, ਹਾਂ ਜੇ ਮੈਂ ਸਭ ਕੁਝ ਪਤਾ ਹੋਣ ਦੇ ਬਾਵਜੂਦ ਆਪਣੇ ਮਾਲਕ ਤੋਂ ਚੋਰੀ ਰੱਖਾਂ ਤੇ ਮੇਰੇ ਵਰਗਾ ਗਦਾਰ ਨਮਕ ਹਰਾਮ ਤੇ ਬੇਈਮਾਨ ਕੌਣ ਹੈ? ਦੇਖੋ ਇਹ ਸੁਭਾਵਿਕ ਗੱਲ ਹੈ, ਸਾਡੇ ਕੋਲ ਕੋਈ ਬੰਦਾ ਬੈਠਾ ਵਿਚਾਰਾ ਦੁਖੀ ਹੈ, ਉਹ ਆਪਣੇ ਦੁੱਖ ਰੋਂਦਾ ਹੈ, ਤੇ ਸਾਨੂੰ ਪਤਾ ਹੈ ਵੀ ਜਿਹੜੀਆਂ ਇਹ ਗੱਲਾਂ ਕਰਦਾ ਮੇਰੇ ਲਈ ਇੱਕ ਮਿੰਟ ਦਾ ਕੰਮ ਹੈ ਨੂੰ ਸੁਖੀ ਕਰਨਾ, ਖੁਸ਼ ਕਰਨਾ। ਤੇ ਜੇ ਅਸੀਂ ਉਹਨੂੰ ਨਹੀਂ ਦੱਸ ਸਕੇ ਤੇ ਸੱਚੀ ਗੱਲ ਹੈ ਫਿਰ ਸਾਡੇ ਤੋਂ ਬੰਦਾ ਕਾਫੀ ਗੋਲ। ਸਾਨੂੰ ਪਤਾ ਹੈ ਇਹ ਬੰਦੇ ਦੇ ਚਿਹਰੇ ਤੇ ਹਾਸਾ ਆ ਜੂ, ਇੱਕ ਛੋਟੇ ਜਿਹੇ ਕੰਮ ਕਰਕੇ ਛੋਟੀ ਜਿਹੀ ਸਪੋਰਟ ਕਰਕੇ ਅਸੀਂ ਕਰ ਸਕਦੇ ਹਾਂ, ਨਹੀਂ ਕਰਦੇ ਤੇ ਸਾਡੇ ਤੋਂ ਬੰਦਾ ਨਾਮ ਖਰਾਬੀ ਕੌਣ ਹੈ? ਸਿੱਖ ਦੇ ਅੱਖਾਂ ਚ ਹੰਝੂ ਸੀ। ਵੇਖੋ ਦੂਜੇ ਦਾ ਭਲਾ ਕਰਨ ਵਾਲਾ ਨਾ ਜਿਹੜਾ ਹੁੰਦਾ ਏ, ਜਦ ਉਹ ਕਿਸੇ ਤੇ ਤਰਸ ਕਰਦਾ ਤਾਂ ਮਨ ਹਰਿਆ ਹੁੰਦਾ ਹੈ। ਬਾਦਸ਼ਾਹ ਤੁਹਾਡੇ ਦੁੱਖ ਤੁਹਾਡੀ ਪੀੜਾ ਨੂੰ ਮੈਂ ਭਲੀ ਪ੍ਰਕਾਰ ਜਾਣਦਾ ਹਾਂ। ਜਗ ਗੁਰ ਨਾਨਕ ਪ੍ਰਥਮ ਭਏ ਹੈ, ਸ਼ਬਦ ਹਨ ਛੋਭੇ ਉਪਦੇਸ਼ ਦਏ ਹੈ। ਤੁਹਾਨੂੰ ਇੱਕ ਗੱਲ ਦੱਸਾਂ, ਜੇ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੀ ਮੰਨੀ, ਕਿਸੇ ਦੀ ਪਰਵਾਹ ਕੀਤੇ, ਕਿਸੇ ਇੱਕ ਨੂੰ ਵੀ ਪਤਾ ਹੈ ਵੀ ਇੱਥੇ ਬਾਦਸ਼ਾਹ ਨੂੰ ਉਂਗਲਾਂ ਲਾਉਣ ਵਾਲੇ ਬਹੁਤ ਬੈਠੇ ਆ, ਗੁਰੂ ਘਰ ਦੀ ਵਿਰੋਧਤਾ ਕਰਨ ਵਾਲੇ ਵੀ ਹੋਣਗੇ। ਸਿਆਣਾ ਬੰਦਾ ਹੁੰਦਾ ਜੀ ਜਿਹੜਾ ਗੱਲ ਸੁਣ ਕੇ ਐਨਾਲਾਈਜ਼ ਕਰਦਾ, ਹੁਣ ਗੱਲ ਕਿਸੇ ਦੀ ਸੁਣੀ ਸਲਾਹ ਲੋਕਾਂ ਤੋਂ ਲੈਣ ਲੱਗ ਜਾਓ, ਜਦ ਜਿਹਨੇ ਸੁਣਿਆ ਹੀ ਹੈ ਨੀ, ਜਿਹਨੂੰ ਪਤਾ ਕੱਖਦਾ ਨੀ, ਉਹਦੀ ਸਲਾਹ ਤੁਹਾਨੂੰ ਡੋਬੂਗੀ ਨਾ। ਸਲਾਹ ਆਪ ਕਰੋ, ਮੇਰੇ ਲਈ ਕੀ ਚੰਗਾ, ਮੇਰੇ ਲਈ ਕੀ ਬਣਦਾ। ਸਪੋਜ਼ ਕਰੋ ਤੁਹਾਡਾ ਕੋਈ ਮਿੱਤਰ ਹੈ, ਤੁਹਾਡੇ ਕੰਮ ਆਉਂਦਾ, ਤੁਹਾਡੇ ਨਾਲ ਖੜਦਾ, ਤੇ ਤੁਸੀਂ ਆਪਣੇ ਲੋਕਾਂ ਨੂੰ ਮਿੱਤਰਾਂ ਨੂੰ ਪੁੱਛਿਆ ਵੀ ਇਹ ਬੰਦਾ ਕਦੇ ਕਦੇ ਲੜ ਵੀ ਪੈਂਦਾ ਮੇਰੇ ਨਾਲ, ਇਹ ਹਿਸਾਬ ਕਿਤਾਬ ਬੜਾ ਰੱਖਦਾ ਮੇਰੇ ਨਾਲ, ਉਹ ਕਹਿੰਦੇ ਛੱਡ ਪਰਾ ਤੂੰ ਕੀ ਲੜ, ਤੂੰ ਉਹਨਾਂ ਪਿੱਛੇ ਲੱਗ ਛੱਡ ਬੈਠੇ ਤੇ ਭੀੜ ਪਈ ਤੇ ਤੂੰ ਖੜੇ ਹੀ ਕੀ ਕਰੋਗੇ? ਹੁਣ ਕੰਮ ਆਇਆ ਫਿਰ ਸਿਆਣੇ ਕਹਿੰਦੇ ਆ ਆਪਣੇ ਮਨ ਦੀ ਕਰਨੀ ਹੈ, ਆਪਣੇ ਮਨ ਦੀ ਸਮਝਣੀ ਹੈ। ਸਿੱਖ ਨੇ ਇਸ਼ਾਰਾ ਕਰਤਾ, ਬਾਦਸ਼ਾਹ ਸਭਾ ਤੇਰੇ ਕੋਲ ਬੜੀ ਸਿਆਣੀ ਬੈਠੀ ਹੈ, ਮੈਨੂੰ ਨਹੀਂ ਪਤਾ ਤੂੰ ਕਿਹਦੀ ਮੰਨਣੀ ਕਿਹਦੀ ਨਹੀਂ ਮੰਨਣੀ, ਹਾਂ ਜੇ ਤੂੰ ਮੇਰੀ ਗੱਲ ਆਪਣੇ ਮਨ ਨਾਲ ਮੰਨ ਲਈ, ਮੈਂ ਲਿਖ ਕੇ ਕਾਗਜ਼ ਤੇ ਦੇ ਦਿੰਦਾ, ਤੇਰਾ ਭਲਾ ਅਵਸ਼ ਹੋਏਗਾ, ਸਤਨਾਮ ਅਵਸ਼ ਭਲਾ ਹੋਵੇਗਾ। ਕਹਿੰਦਾ ਗੁਰੂ ਨਾਨਕ ਦਾ ਕੱਚ ਨੇ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੂਰੀ ਦੁਨੀਆਂ ਦਾ ਰਟਨ ਕੀਤਾ, ਕੀ ਮੋਲਾ ਕੀ ਖੱਤਰੀ ਕੀ ਹਿੰਦੂ ਕੀ ਮੁਸਲਮਾਨ, ਉਹ ਸਭ ਦੇ ਸਾਂਝੇ ਸਨ। ਹਿੰਦੂ ਤੁਰਕ ਦੋ ਜਿਸ ਮਨ ਹੈ, ਗੁਰੂ ਪੀਰ ਜਿਸ ਨਾਮ ਵਖਾਨ ਹੈ। ਜਿਹਨੂੰ ਹਿੰਦੂ ਵੀ ਗੁਰੂ ਮੰਨਦੇ ਤੇ ਮੁਸਲਮਾਨ ਪੀਰ ਮੰਨਦੇ ਨੇ, ਕਿਉਂਕਿ ਇਸਲਾਮ ਦੇ ਵਿੱਚ ਕਦੇ ਕਿਸੇ ਵਿਅਕਤੀ ਦੀ ਪੂਜਾ ਨਹੀਂ, ਇੱਕ ਖੁਦਾ ਤੋਂ ਬਿਨਾਂ ਉਹ ਕਿਸੇ ਨੂੰ ਨਹੀਂ ਮੰਨਦੇ, ਪਰ ਉਸ ਇਸਲਾਮ ਦੇ ਲੋਕਾਂ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਪੀਰ ਨਾਨਕ ਮੰਨਿਆ, ਜਾਹਰ ਪੀਰ ਜਗਤ ਗੁਰੂ ਬਾਬਾ ਆਪਣਾ ਪੀਰ ਮੰਨਦੇ। ਅੱਜ ਵੀ ਪਾਕਿਸਤਾਨ ਦੇ ਸਿੱਖ ਜਾ ਕੇ ਵੇਖੋ ਕਰਤਾਰਪੁਰ ਸਾਹਿਬ, ਪੀਰ ਬਾਬਾ ਗੁਰੂ ਨਾਨਕ ਕਹਿੰਦੇ ਆ। ਇੱਧਰ ਈਰਾਨ ਇਰਾਕ ਜਾ ਕੇ ਵੇਖੋ ਗੁਰੂ ਨਾਨਕ ਸਾਹਿਬ ਦਾ ਨਾਮ ਕਿੰਨੇ ਸਤਿਕਾਰ ਨਾਲ ਅਰਬ ਦੇ ਰੂਪ ਲੈਂਦੇ ਆ, ਇੱਕ ਪੀਰਾਂ ਦੇ ਪੀਰ। ਮੱਕੇ ਮਦੀਨੇ ਦੀ ਧਰਤੀ ਤੇ ਜਾਓ, ਅਫਗਾਨਿਸਤਾਨ ਜਾਓ, ਗੁਰੂ ਨਾਨਕ ਸਾਹਿਬ ਦਾ ਸਤਿਕਾਰ ਕਿੱਡਾ ਵੱਡਾ ਹੈ ਸਾਨੂੰ ਲੋਕਾਂ ਨੂੰ ਵੀ। ਕਹਿੰਦੇ ਜੀ ਵੇਖੋ ਹਿੰਦੂ ਉਹਨਾਂ ਨੂੰ ਗੁਰੂ ਮੰਨਦੇ ਆ, ਮੁਸਲਮਾਨ ਆਪਣਾ ਪੀਰ ਮੰਨਦੇ ਆ, ਬਲੀ ਨੇ ਗੁਰੂ ਨਾਨਕ ਸਾਹਿਬ ਸਾਰਾ ਜ਼ਮਾਨਾ ਉਹਨਾਂ ਨੂੰ ਨਮਸਕਾਰ ਕਰਦਾ ਏ। ਅਜਮਤਨ ਪੂਰਨ ਸਭ ਭਾਂਤੀ, ਜਿਸ ਕੀ ਸੰਸਰ ਨਹਿ ਕਿਸ ਬਾਤੀ। ਇੱਕ ਨੇਤਰ ਬੰਦ ਕਰਕੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਦਾ ਤੇ ਅੱਖਾਂ ਚੋਂ ਪਿਆਰ ਦਾ ਜਲ ਚੱਲ ਪਿਆ।
ਇਹਨਾਂ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਕਰਾਮਾਤ ਦੀ ਗੱਲ ਕਰਨੀ ਮੂਰਖਤਾ ਹੋਏਗੀ। ਜੇ ਕੋਈ ਆਖੇ ਗੁਰੂ ਨਾਨਕ ਸਾਹਿਬ ਕਰਾਮਾਤੀ ਨੇ, ਕੋਈ ਉਹਦੇ ਆਪ ਖੁਦਾਵੰਦ ਕਰੀਮ ਮਾਲਕ ਨੇ, ਕਰਾਮਾਤ ਉਹਨਾਂ ਦੇ ਘਰ ਦੇ ਖੁੱਤਿਆਂ ਚ ਵੀ ਭਰੀ ਪਈ ਆ। ਖੋ ਸਤਨਾਮ ਗੁਰੂ ਨਾਨਕ ਦੇ ਘਰ ਝਾੜੂ ਲਾਉਣ ਵਾਲੇ ਵੀ ਕਰਾਮਾਤਾਂ ਰੱਖਦੇ ਆ। ਗੁਰੂ ਦੀ ਵਡਿਆਈ ਕੀ ਹੁੰਦੀ ਹੈ, ਉਹਦੇ ਬਾਰੇ ਕੀ ਕਿਹਾ ਜਾ ਸਕਦਾ? ਅਕਬਰ ਬਾਦਸ਼ਾਹ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸਨਾ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਜਾਂ ਜਿਨ੍ਹਾਂ ਨੇ ਸੁਣਿਆ, ਉਹ ਕਦੇ ਜੰਮਦੇ ਮਰਦੇ ਨਹੀਂ। ਕਰਾਮਾਤ ਸਭ ਥਾਨ ਲਗਾਈ, ਪੀਰ ਮੀਰ ਨਮਰ ਗਵਾਈ। ਜਿਨ੍ਹਾਂ ਦੀ ਕਰਾਮਾਤ ਸਾਰਾ ਜਹਾਨ ਜਾਣਦਾ, ਪੀਰ ਪੈਗੰਬਰ ਔਲੀਏ ਸਾਦਕ ਸਿਦਕ ਵਾਲੇ ਸਭ, ਜਿਨ੍ਹਾਂ ਦਾ ਪਾਣੀ ਭਰਦੇ ਸੀ ਸਿੱਧਾਂ ਤੋਂ ਲੈ ਕੇ ਮੁਨੀਆਂ ਤੱਕ, ਸਭ ਨਾਮ ਸ਼ਿਕਾਰਾਂ ਕਰਦੇ ਨੇ। ਜਹਰ ਸਭ ਜਹਾਨ ਮੇ ਹੋਵਾ, ਜਿਨ ਕੇ ਸਨਮੁਖ ਕੋ ਨ ਖੜੋਵਾ। ਮੱਕੇ ਦੀ ਧਰਤੀ ਤੇ ਜਾ ਕੇ ਜਿਹਨਾਂ ਮੱਕਾ ਫੇਰ ਦਿੰਦਾ ਬਾਦਸ਼ਾਹ ਦੇ ਦਰਬਾਰ, ਕਹਿੰਦੇ ਉਸ ਕਾਇਮ ਕਰੀਮ ਗੁਰੂ ਨਾਨਕ ਪਾਤਸ਼ਾਹ ਦੀ ਨਿਆਮਤ ਸਾਰੇ ਜਗ ਸੰਸਾਰ ਤੇ ਹੈ, ਸ਼ਾਇਦ ਬਾਦਸ਼ਾਹ ਤੈਨੂੰ ਤੇਰਿਆਂ ਨੇ ਕਦੇ ਦੱਸਿਆ ਨਹੀਂ। ਗੁਰੂ ਨਾਨਕ ਸਾਹਿਬ ਦੇ ਦਰ ਤੇ ਸਦਾ ਨਿਆਮਤਾਂ ਨੇ, ਰਹਿਮਤਾਂ ਨੇ, ਬਰਕਤਾਂ ਨੇ। ਉੱਥੇ ਜਿਹੜਾ ਜੋ ਮੰਗ ਕੇ ਆਉਂਦਾ ਏ ਉਹਨੂੰ ਉਸੇ ਵਕਤ ਮਿਲਦਾ ਆ। ਖੋ ਸਤਨਾਮ। ਅੱਡਾ ਨਿਸ਼ਚਾ ਅਟਲ ਕਰਕੇ ਇੱਕ ਬਾਦਸ਼ਾਹ ਦੇ ਸਾਹਮਣੇ ਗੱਲ ਕਹਿਣੀ, ਕੌਣ ਕਹਿ ਸਕਦਾ ਜਿਹਦਾ ਜੀਵਨ ਪੂਰਾ ਹੋਵੇ? ਆਹ ਤੁਰੇ ਫਿਰਦੇ ਸਾਡੇ ਵਰਗੇ ਅਸੀਂ ਕੀ ਕਹਿ ਸਕਦੇ? ਸਾਡੇ ਕੋਲ ਹੈ ਕੀ ਹੈ ਕਹਿਣ ਨੂੰ? ਕਹਿ ਵੀ ਦੇਵਾਂਗੇ ਅਸੀਂ ਆਪ ਪੂਰੇ ਨੂੰ? ਕਹਿ ਨਹੀਂ ਸਕਦਾ ਜਿਹਦਾ ਆਪਣਾ ਵਚਨ ਪੂਰਾ ਹੋਵੇ, ਜਿਹਦਾ ਜੀਵਨ ਪੂਰਾ ਹੋਵੇ। ਬਾਣੀ ਨੇ ਲਿਖਿਆ ਨਾ, ਪੂਰੇ ਕਾ ਕੀਆ, ਸਭ ਕੁਛ ਪੂਰਾ ਘੱਟ ਵੱਧ, ਕਿਉਂਕਿ ਇਹਦਾ ਗੁਰੂ ਪੂਰਾ ਹੈ। ਸੋ ਸਮਾਂ ਸਮਾਪਤ ਹੈ। ਅਕਬਰ ਦੇ ਸਾਹਮਣੇ ਇੱਕ ਗੁਰੂ ਦਾ ਸਿੱਖ ਬੇਪਰਵਾਹ ਹੋ ਕੇ ਗੁਰੂ ਨਾਨਕ ਦੇ ਘਰ ਦੀ ਵਡਿਆਈ ਕਰਦਾ ਹੈ। ਕਹਿੰਦਾ ਬਾਦਸ਼ਾਹ, ਮੰਨਣਾ ਨਾ ਮੰਨਣਾ ਤੇਰੀ ਮਰਜ਼ੀ, ਪਰ ਦੱਸਣਾ ਮੇਰਾ ਫਰਜ਼ ਹੈ। ਜਿਵੇਂ ਜਿਵੇਂ ਜੋ ਜੋ ਹੋਏਗਾ ਕੱਲ੍ਹ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।